ਆਕੜਿਆ ਨਾ ਫਿਰ ਐਵੇਂ ਜਰ ਜੋਬਨ ਤੇਰ ਕਾਨ ਆਕੜਿਆ ਨਾ ਫਿਰ ਐਵੇਂ ਜਰ ਜੋਬਨ ਤੇਰ ਕਾਨ ਸਿਆਣੇ ਹਰ ਵੇਲੇ ਨਹੀਂ ਰੱਖਦੇ ਚਿੱਲੇ ਚਾੜ ਕਮਾਨ ਉੱਚੀ ਚੜੀ ਨਾ ਰਹਿੰਦੀ ਗੁੱਡੀ ਭਾਗਾਂ ਦੀ ਹਰ ਵੇਲੇ ਓੜਕ ਪੀਂਗੇ ਟੁੱਟਣਾ ਚਾਹੇ ਚੜੀ ਹੋਵੇ ਅਸਮਾਨ ਸ਼ੀਹਾਂ ਦੇ ਪੁੱਤ ਪਿੰਜਰੇ ਪੈ ਕੇ ਰੋਵਣ ਨਹੀਂ ਲੱਗ ਜਾਂਦੇ ਅੱਖਾਂ ਸ਼ੀਜ਼ ਦੇਵਣ ਤਾਂ ਵੀ ਬਾਜ ਨਹੀਂ ਕੁਰਲਾਉਂਦੇ ਸੂਰਮਿਆਂ ਨੂੰ ਪਰਖਣ ਦੇ ਲਈ ਬਿਪਤਾ ਇੱਕ ਕਸੌਟੀ ਭੱਜ ਨਹੀਂ ਜਾਂਦੇ ਭੀੜ ਪਈ ਤੋਂ ਪੁੱਤ ਜੋ ਸੂਰਮਿਆਂ ਦੇ ਭੱਜ ਨਹੀਂ ਜਾਂਦੇ ਭੀੜ ਪਈ ਤੋਂ ਪੁੱਤ ਜੋ ਸੂਰਮਿਆਂ ਦੇ ਉੱਤਮ ਸਿੰਘ ਮਨਸੂਰ ਹੋਣਾਂ ਦੀਆਂ ਇਹਨਾਂ ਲਾਈਨਾਂ ਨਾਲ ਮੈਂ ਹਾਜ਼ਰ ਹਾਂ ਜਗਤਾਰ ਸਿੰਘ ਜੱਗੀ ਸਭ ਤੋਂ ਪਹਿਲਾਂ ਜਸ ਪੰਜਾਬੀ ਦੇਖਣ ਵਾਲੇ ਅਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਸਲਾਮ ਅਦਾਬ ਅਤੇ ਨਾਲ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ ਉੱਤਮ ਸਿੰਘ ਮਨਸੂਰ ਨੇ ਅਮਰ ਸਿੰਘ ਮਨਸੂਰ ਹੁੰਦੀਆਂ ਇਹ ਲਾਈਨਾਂ ਨੇ ਮੈਂ ਥੋੜ੍ਹਾ ਜਿਹਾ ਨਾਮ ਗਲਤ ਲੈ ਗਿਆ ਅਮਰ ਸਿੰਘ ਮਨਸੂਰ ਬਹੁਤ ਵਧੀਆ ਲਿਖਦੇ ਨੇ ਪੂਰਾ ਖਾਸ ਤੌਰ 'ਤੇ ਜੇ ਜੋਸ਼ ਵਾਲਾ ਪੜ੍ਹਨਾ ਲਿਖਣਾ ਹੋਵੇ ਤਾਂ ਇਹਨਾਂ ਦੀਆਂ ਕਵਿਤਾਵਾਂ ਤੁਸੀਂ ਪੜ੍ਹ ਸਕਦੇ ਹੋ ਸੋ ਬਹੁਤ ਬਹੁਤ ਸਵਾਗਤ ਜੀ ਤੁਹਾਡਾ ਸਭ ਦਾ ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਕੱਲ੍ਹ ਦੇ ਪ੍ਰੋਗਰਾਮ ਦੀ ਗੱਲ ਕਰੀਏ ਤਾਂ ਕੱਲ੍ਹ ਦੇ ਪ੍ਰੋਗਰਾਮ 'ਚ ਸਾਨੂੰ ਕਾਫੀ ਫੀਡਬੈਕ ਆਈ ਆ ਅਤੇ ਨਾਲ ਨਾਲ ਰਿਪੋਰਟ ਇਹ ਆਈ ਹੈ ਕਿ ਫਿਲਹਾਲ ਉੱਥੇ ਕਿਰਪਾਨ ਬੰਦ ਕਰ ਦਿੱਤੀ ਜਾਈ ਗਈ ਹੈ ਸਾਈਜ਼ ਉਹਦਾ ਕੀ ਮੁਕਰਰ ਕਰਨਾ ਹੈ ਉਹਦੇ ਉੱਪਰ ਗੱਲਬਾਤ ਚੱਲ ਰਹੀ ਹੈ ਦੇਖੋ ਬਾਕੀ ਅੱਗੇ ਕਰੋਨਾ ਦੀ ਗੱਲ ਕਰਦੇ ਸੀਗੇ ਜੀ ਕਰੋਨਾ ਕਹਿੰਦੇ ਵੀ ਭਾਰਤ ਵਿੱਚ ਕਾਫੀ ਘੱਟ ਗਿਆ ਕਾਫੀ ਘੱਟ ਗਿਆ ਚੰਗੀ ਗੱਲ ਹੈ ਪਰ ਕਹਿੰਦੇ ਵੀ ਕਿਸੇ ਨੇ ਮੋਦੀ ਸਾਹਿਬ ਨੂੰ ਪੁੱਛਿਆ ਵੀ ਹੁਣ ਤੁਸੀਂ ਕਰੋਨਾ ਵਾਸਤੇ ਕੀ ਕਰ ਰਹੇ ਹੋ ਕਹਿੰਦੇ ਜੀ ਕਰੋਨਾ ਦੇ ਮਰੀਜ਼ ਜਿਹੜੇ ਉਹ ਬਿਲਕੁਲ ਘਟਣੇ ਸ਼ੁਰੂ ਹੋ ਗਏ ਤੁਸੀਂ ਦੇਖਿਓ ਆਉਣ ਵਾਲੇ ਦਿਨਾਂ 'ਚ ਹੋਰ ਹਫ਼ਤੇ ਦੋ ਹਫ਼ਤੇ ਤੱਕ ਦੇਖਿਓ ਬਿਲਕੁਲ ਹੀ ਕਰੋਨਾ ਦੇ ਨਵੇਂ ਮਰੀਜ਼ ਆਉਣੇ ਬੰਦ ਹੋ ਜਾਣਗੇ ਉਹ ਕਹਿੰਦੇ ਜੀ ਅੱਛਾ ਮੋਦੀ ਸਾਹਿਬ ਇਹੋ ਜਿਹਾ ਕੀ ਕਰ ਰਹੇ ਹੋ ਉਹ ਕਹਿੰਦੇ ਅਸੀਂ ਟੈਸਟ ਕਰਨਾ ਹੀ ਬੰਦ ਕਰ ਦੇਣੇ ਵਾਕਿਆ ਜਦੋਂ ਟੈਸਟ ਹੀ ਨਹੀਂ ਕਰੋਗੇ ਨਵੇਂ ਮਰੀਜ਼ ਅਤੇ ਪਰ ਇਹ ਮਜ਼ਾਕ ਨਾਲ ਮਜ਼ਾਕ ਰਿਹਾ ਪਰ ਅਸਲ ਦੇ ਵਿੱਚ ਜਿਹੜੇ ਅਜੇ ਵੀ ਇਹ ਸਮਝਦੇ ਨੇ ਵੀ ਕਰੋਨਾ ਕੁਛ ਨਹੀਂ ਅਤੇ ਕਰੋਨਾ ਕੁਛ ਨਹੀਂ ਕਹਿੰਦਾ ਅਤੇ ਆਪਣਾ ਕੰਮ ਕਾਰ ਕਰੀ ਚੱਲੋ ਭਾਰਤ ਦੀ ਸਰਕਾਰ ਬੇਸ਼ੱਕ ਕਿ ਸਮਝਦੀ ਹੈ ਜੋ ਵੀ ਕਰਦੀ ਹੈ ਪਰ ਉਹਨਾਂ ਨੂੰ ਇਹ ਦੇਖ ਲੈਣਾ ਚਾਹੀਦਾ ਹਾਲਾਤ ਜਿਹੜੇ ਅਸੀਂ ਦੇਖਦੇ ਹਾਂ ਔਰ ਜਿਹੜੇ ਧਰਮ ਦੀ ਅਸੀਂ ਗੱਲ ਕਰਦੇ ਹਾਂ ਜਦੋਂ ਕੋਈ ਬੰਦਾ ਪਹਿਲਾਂ ਮਰ ਜਾਂਦਾ ਸੀ ਪਿੱਛੇ ਦੇਖਦੇ ਹਾਂ ਬਜ਼ੁਰਗ ਜਦੋਂ ਮਰ ਜਾਂਦਾ ਸੀ ਕਿੰਨੇ ਸਤਿਕਾਰ ਦੇ ਨਾਲ ਸੰਸਕਾਰ ਕਰਕੇ ਆਉਂਦੇ ਸੀ ਕਿਸੇ ਦੀ ਵੀ ਡੈਥ ਹੁੰਦੀ ਸੀ ਤਾਂ ਬਹੁਤ ਜ਼ਿਆਦਾ ਸਤਿਕਾਰ ਦੇ ਨਾਲ ਕਈ ਰਸਮੋ ਰਿਵਾਜ਼ ਮਰਨੋ ਉਪਰਾਂਤ ਜਿਹੜੇ ਹੁੰਦੇ ਆ ਉਹ ਕਰੇ ਬਿਨਾਂ ਸੰਸਕਾਰ ਨਹੀਂ ਕੀਤਾ ਜਾਂਦਾ ਸੀਗਾ ਇਹੋ ਜਿਹੀਆਂ ਧਾਰਨਾ ਸੀਗੀਆਂ ਅਤੇ ਉਹ ਹੁਣ ਅਸੀਂ ਦੇਖ ਸਕਦੇ ਹਾਂ ਜਿਨ੍ਹਾਂ ਨੂੰ ਬਹੁਤ ਹੀ ਦੇਸੀ ਘਿਓ ਚੰਦਨ ਦੀ ਲੱਕੜੀ ਅਤੇ ਇਹ ਕਰਕੇ ਜਿਹੜਾ ਸੰਸਕਾਰ ਕੀਤੇ ਜਾਂਦੇ ਸੀ ਉਹਨਾਂ ਨੂੰ ਲੋਕ ਦਫਨਾਉਣ ਵਾਸਤੇ ਜਾਂ ਗੰਗਾ ਦੇ ਵਿੱਚ ਸੁੱਟਣ ਵਾਸਤੇ ਮਜਬੂਰ ਹੋਏ ਨੇ ਜੇ ਫਿਰ ਵੀ ਯਕੀਨੀ ਪੰਜਾਬ ਦੀ ਗੱਲ ਕਰਨੀ ਹੈ ਤਾਂ ਕੀਰਤਪੁਰ ਸਾਹਿਬ ਜਾ ਕੇ ਲੰਬੀਆਂ ਲੱਗੀਆਂ ਲਾਈਨਾਂ ਦੇਖ ਲਓ ਫੁੱਲ ਪਾਉਣ ਵਾਲਿਆਂ ਦੀਆਂ ਬਹੁਤ ਹੀ ਮਾੜਾ ਹਾਲ ਹੈ ਇਹ ਅੱਖਾਂ ਮੀਟਣ ਦੇ ਨਾਲ ਬਿੱਲੀ ਨੇ ਭੱਜ ਨਹੀਂ ਜਾਣਾ ਜੇ ਅਸੀਂ ਕਹੀਏ ਵੀ ਕਰੋਨਾ ਟੈਸਟ ਬੰਦ ਕਰ ਦਈਏ ਤਾਂ ਕਰੋਨਾ ਬੰਦ ਹੋਜੂ ਇੱਦਾਂ ਕਰੋਨਾ ਬੰਦ ਨਹੀਂ ਹੁੰਦਾ ਕਰੋਨਾ ਬੰਦ ਕਰਿਆ ਹੀ ਹੋਣਾ ਚਲੋ ਆਪਾਂ ਅਗਲੀ ਗੱਲ ਕਰਦੇ ਹਾਂ ਇੱਕ ਹੋਰ ਮੰਦਭਾਗੀ ਖਬ ਚਲੋ ਇਹੋ ਜਿਹੀ ਆ ਹੁਣ ਖਬਰਾਂ ਪੜ੍ਹਨ ਨੂੰ ਦਿਲ ਵੀ ਨਹੀਂ ਕਰਦਾ ਕਈ ਵਾਰੀ ਤਾਂ ਗੱਲ ਕਰਨ ਨੂੰ ਇਹੋ ਜਿਹੇ ਕਪੂਰਥਲੇ ਦਾ ਹੈਗਾ ਜੀ ਕੋਈ ਨਵਜੰਮੀ ਬੱਚੀ ਨੂੰ ਲਿਫਾਫੇ 'ਚ ਪਾ ਕੇ ਅਤੇ ਬਾਥਰੂਮ ਦੀ ਛੱਤ ਦੇ ਉੱਪਰ ਸੁੱਟ ਗਿਆ ਲੱਖ ਲਾਣਤ ਹੈ ਲਹੂ ਅਸੀਂ ਚਿੱਟੇ ਹੋਣ ਦੀ ਗੱਲ ਕਰਦੇ ਮੈਨੂੰ ਲੱਗਦਾ ਲਹੂ ਚਿੱਟੇ ਤੋਂ ਬਾਅਦ ਹੁਣ ਕੋਈ ਰੰਗ ਜੇ ਹੁੰਦਾ ਉਹ ਵੀ ਹੋ ਗਿਆ ਲਹੂ ਰਿਹਾ ਹੀ ਨਹੀਂ ਇਹੋ ਜਿਹੇ ਹਾਲਾਤ ਪੈਦਾ ਹੋ ਗਏ ਨੇ ਬਹੁਤ ਮਾੜੀ ਖਬਰ ਹੈ ਹੁਣ ਇੱਕ ਹੋਰ ਖਬਰ ਆਈ ਸੀ ਕੱਲ੍ਹ ਮੈਂ ਕਰਨੀ ਤੁਹਾਡੇ ਨਾਲ ਸਾਂਝੀ ਉਹ ਸੀਗੀ ਵੀ ਜੋ ਬਾਈਡਨ ਅਤੇ ਇਹਨਾਂ ਨੇ ਆਪਣੇ ਕਮਲਾ ਹੈਰਿਸ ਨੇ ਆਪਣੀਆਂ ਟੈਕਸ ਰਿਟਰਨਾਂ ਭਰੀਆਂ ਹੋਣੀਆਂ ਅਤੇ ਉਹਨਾਂ ਨੇ ਜਨਤਕ ਕੀਤੀਆਂ ਸੀ ਸਾਡੇ ਟੈਕਸ ਭਰਦੇ ਹੀ ਨਹੀਂ ਜਨਤਕ ਕੀ ਕਰਨਾ ਉੱਥੇ ਦੀ ਗੱਲ ਕਰੀਏ ਲੀਡਰਾਂ ਦੀ ਨਾ ਬਿੱਲ ਭਰਦੇ ਨਾ ਟੈਕਸ ਭਰਦੇ ਇਹਨਾਂ ਨੇ ਜਨਤਕ ਕੀਤਾ ਕਿ ਪਿਛਲੇ ਸਾਲ 2020 ਦੇ ਵਿੱਚ ਟੋਟਲ ਇਨਕਮ ਸਾਲ ਦੀ ਜਿਹੜੀ ਜੋ ਬਾਈਡਨ ਸਾਹਿਬ ਦੀ ਸੀਗੀ ਉਹ 607,336 ਰੁਪਈਏ ਸੀ ਟੋਟਲ ਅਤੇ ਇਸ ਤੋਂ ਪਿਛਲੇ ਸਾਲ ਦੀ ਗੱਲ ਕਰੀਏ 2019 ਦੇ ਵਿੱਚ ਉਹਨਾਂ ਦੀ ਇਨਕਮ ਜ਼ਿਆਦਾ ਸੀ 9 ਲੱਖ ਦੇ ਕਰੀਬ ਸੀ ਸਾਲ ਦੀ ਅਤੇ ਉਹਨਾਂ ਨੇ 1,57,000 ਲਗਭਗ ਟੈਕਸ ਦਿੱਤਾ ਲਗਭਗ 25% ਬਣਦਾ ਦੇਖੋ ਜੀ ਇੱਧਰ ਲੀਡਰ ਟੈਕਸ ਦਿੰਦੇ ਨੇ ਤਾਂ ਹੀ ਲੋਕ ਦਿੰਦੇ ਨੇ ਮਗਰ ਅਤੇ ਉੱਧਰ ਲੀਡਰ ਵੀ ਟੈਕਸ ਦਿੰਦੇ ਹੋਰ ਕੀ ਦੇਣਾ ਹਜੇ ਕਮਲਾ ਹੈਰਿਸ ਦੀ ਨਾਲ ਗੱਲ ਕਰ ਲਈਏ ਕਮਲਾ ਹੈਰਿਸ ਦੀ ਇਨਕਮ ਲਗਭਗ ਕਾਫੀ ਜ਼ਿਆਦਾ ਇਹਨਾਂ ਨੂੰ ਰਹੀ ਹੈ 16,95,925 ਡਾਲਰ ਪਿਛਲੇ ਸਾਲ ਉਹਨਾਂ ਨੇ ਕਮਾਏ ਆ ਅਤੇ 36% ਲਗਭਗ ਟੈਕਸ ਦਿੱਤਾ ਕਹਿਣ ਤੋਂ ਭਾਵ ਇਹ ਹੈ ਵੀ ਜਿੰਨਾ ਜੋਏ ਬਾਈਡਨ ਸਾਹਿਬ ਦੀ ਟੋਟਲ ਇਨਕਮ ਸੀ ਉਦੋਂ ਵੱਧ ਕਮਲਾ ਹੈਰਿਸ ਨੇ ਟੈਕਸ ਦੇ ਦਿੱਤਾ 6 ਲੱਖ ਤੋਂ ਉੱਪਰ ਕਾਫੀ ਜ਼ਿਆਦਾ ਉੱਪਰ 6 ਲੱਖ ਤੋਂ ਟੈਕਸ ਉਹਨਾਂ ਨੇ ਦਿੱਤਾ ਊਂ ਚਲੋ ਲੱਗਦੇ ਹੱਥ ਗੱਲ ਕਰ ਲਈਏ ਰਾਸ਼ਟਰਪਤੀ ਦਾ ਅਸੀਂ ਜ਼ਿਕਰ ਤਾਂ ਕਰਦੇ ਰਹੀਦਾ ਹਮੇਸ਼ਾ ਔਰ ਰਾਸ਼ਟਰਪਤੀ ਭਾਰਤ ਦੇ ਰਾਸ਼ਟਰਪਤੀ ਤਾਂ ਬਾਹਰਲੇ ਮੁਲਕਾਂ ਰਾਸ਼ਟਰਪਤੀ ਜ਼ਮੀਨ ਅਸਮਾਨ ਦਾ ਫਰਕ ਹੈ ਸੋ
ਇੱਥੇ ਜਿਹੜੀ ਰਾਸ਼ਟਰਪਤੀ ਦੀ ਤਨਖਾਹ ਹੈਗੀ ਉਹ 4 ਲੱਖ ਰੁਪਈਆ ਸਾਲ, 4 ਲੱਖ ਡਾਲਰ ਸਾਲ ਦੀ ਹੈਗੀ ਆ, ਅਤੇ ਬਾਕੀ 50,000 ਕਹਿੰਦੇ ਉੱਪਰਲੇ ਭੱਤੇ ਭੱਤੇ ਮਿਲ ਜਾਂਦੇ ਸਾਲ ਦੇ, ਅਤੇ ਵੈਸੇ ਤਾਂ ਥੋੜ੍ਹਾ ਹੀ ਹੈ, 4,000 ਡਾਲਰ ਨਾ ਮਹੀਨੇ 'ਚ ਕੀ ਬਣਦਾ ਬੰਦੇ ਦਾ ਭਲਾ, ਅਤੇ 17,000 ਰੁਪਏ ਤੁਹਾਨੂੰ ਊਂ ਮਿਲ ਜਾਂਦਾ ਵੀ ਤੁਸੀਂ ਮਨੋਰੰਜਨ ਕਰਨਾ, ਜੇ ਫਿਲਮਾਂ ਫੁਲਮਾਂ ਦੇਖਣੀਆਂ ਕੋਈ ਜਾਂ ਕੁਛ ਕਰਨਾ ਤਾਂ 17,000 ਡਾਲਰ ਊਂ ਮਿਲ ਜਾਂਦਾ। ਇੱਧਰਲੇ ਰਾਸ਼ਟਰਪਤੀ ਦਾ ਔਰ ਭਾਰਤ ਦੇ ਰਾਸ਼ਟਰਪਤੀ, ਜ਼ਮੀਨ ਅਸਮਾਨ ਦਾ ਫਰਕ ਹੈ। ਇੱਧਰਲੇ ਪੈਸੇ ਘੱਟ ਲੈਂਦੇ ਨੇ, ਕੰਮ ਸਭ ਤੋਂ ਵੱਧ ਕਰਦੇ ਨੇ, ਭਾਰਤ ਵਾਲੇ ਪੈਸੇ ਵੱਧ ਲੈਂਦੇ ਨੇ ਅਤੇ ਕੰਮ ਕੋਈ ਕਰਦੇ ਨਹੀਂ। ਰਬੜ ਸਟੈਂਪ ਅਸੀਂ ਅਕਸਰ ਭਾਰਤ ਦੇ ਰਾਸ਼ਟਰਪਤੀ ਨੂੰ ਕਹਿ ਦਈਦਾ, ਜੋ ਪ੍ਰਧਾਨ ਮੰਤਰੀ ਕਹਿੰਦਾ, ਪ੍ਰਧਾਨ ਮੰਤਰੀ ਅੱਗੇ ਜਿਹੜਾ ਹੁਣ ਰਾਸ਼ਟਰਪਤੀ ਗੋਡੇ ਟੇਕੀ ਬੈਠਾ ਅਤੇ ਉਹਦਾ ਆਪਾਂ ਕੀ ਕਹਿ ਸਕਦੇ, ਕਰਨਾ ਕਰਾਉਣਾ। ਚਲੋ ਆਪਾਂ ਹੁਣ ਵਿਸ਼ੇ ਵੱਲ ਚੱਲੀਏ। ਵਿਸ਼ਾ ਅੱਜ ਦਾ ਇਹ ਹੈ ਕਿ ਸਾਨੂੰ ਕਈਆਂ ਨੇ ਕਿਹਾ ਵੀ ਯਾਰ ਤੁਸੀਂ ਤੁਹਾਡੇ ਚੈਨਲ 'ਤੇ ਤੁਸੀਂ ਉਹ ਗੱਲ ਨਹੀਂ ਕੀਤੀ, ਕੀ ਗੱਲ, ਤੁਸੀਂ ਕਿਤੇ ਉਹਨਾਂ ਦੇ ਹੱਕ ਦੇ ਵਿੱਚ ਤਾਂ ਨਹੀਂ ਹੈਗੇ। ਮੈਂ ਕਿਹਾ ਜੀ ਅਸੀਂ ਕਿਸੇ ਦੇ ਹੱਕ 'ਚ ਨਹੀਂ, ਅਸੀਂ ਸਾਰਿਆਂ ਦੇ ਹੱਕ 'ਚ। ਉਹ ਕਹਿੰਦੇ ਵੀ ਕੈਪਟਨ ਅਤੇ ਸਿੱਧੂ ਦਾ ਇੰਨਾ ਰੌਲਾ ਪੈ ਰਿਹਾ ਵੀ ਤੁਸੀਂ ਲੋਕਾਂ ਦੇ ਵਿਊ ਨਹੀਂ ਉੱਤੇ ਲਏ ਸਾਡੇ ਕੋਲੋਂ। ਸਾਨੂੰ ਕਿਸੇ ਕਾਲਰ ਦਾ ਫੋਨ ਆਇਆ ਸੀ, ਕਿਹਾ ਜੀ ਕੋਈ ਗੱਲ ਨਹੀਂ, ਆਪਾਂ ਕਹੀਏ ਨੇ ਹੱਥ ਕੰਗਣ ਨੂੰ ਆਰ ਸੀ ਕੀ, ਆਪਾਂ ਅੱਜ ਕਰ ਲੈਂਦੇ ਗੱਲ। ਗੱਲ ਇਹ ਹੈ ਵੀ ਹਰ ਪਾਰਟੀ ਦੇ ਵਿੱਚ, ਵੈਸੇ ਤਾਂ ਸਿਆਣੇ ਕਹਿੰਦੇ ਨੇ, ਪੁਰਾਣਾ ਜੇ ਅਸੀਂ ਮਾਹੌਲ ਦੇਖੀਏ ਘਰ ਦਾ, ਜੇ ਲੀਡਰ ਚੰਗਾ ਨਾ ਅਤੇ ਘਰ ਦੇ ਵਿੱਚ ਪਾੜ ਨਹੀਂ ਪੈਣ ਦਿੰਦਾ, ਪਾਰਟੀਆਂ ਨਹੀਂ ਬਣ ਦਿੰਦਾ ਉਹ। ਬੇਸ਼ੱਕ ਪਾਰਟੀਆਂ ਬਣੀਆਂ ਵੀ ਹੋਣ ਲੇਕਿਨ ਸਾਹਮਣੇ ਨਹੀਂ ਕੁਸਕਦੀਆਂ, ਜਿਵੇਂ ਬਾਦਲ ਸਾਹਿਬ ਨੇ ਰੱਖਿਆ ਸੀ ਜਿੰਦੇ ਉਹ ਸੀਗੇ। ਅਤੇ ਜਦੋਂ ਘਰ ਦਾ ਲੀਡਰ, ਉਦੋਂ ਬਾਅਦ ਘਰ ਦੇ ਲੀਡਰ ਕਮਜ਼ੋਰ ਹੋਣੇ ਸ਼ੁਰੂ ਹੋ ਗਏ ਜਾਂ ਬੱਚੇ ਜ਼ਿਆਦਾ ਸਿਆਣੇ ਸ਼ੁਰੂ ਹੋ ਗਏ, ਤਾਂ ਘਰਾਂ ਦੇ ਵਿੱਚ ਇਹ ਚੀਜ਼ ਆਉਣੀ ਸ਼ੁਰੂ ਹੋ ਗਈ। ਘਰਾਂ ਦੇ ਵਿੱਚ ਵੀ ਇਸ ਤਰ੍ਹਾਂ ਦਾ ਮਾਹੌਲ ਹੋਣ ਲੱਗ ਪਿਆ, 5 ਜੇ ਜੀ ਆ ਅਤੇ 3 ਦੀ ਵਿਚਾਰ, 1 ਆ ਅਤੇ ਬਾਕੀਆਂ ਦੇ ਅੱਡਾ। ਅਦਾਰਿਆਂ ਦੀ ਗੱਲ ਕਰ ਲਈਏ, ਅਦਾਰਿਆਂ ਦੇ ਵਿੱਚ ਵੀ ਇਸ ਤਰ੍ਹਾਂ ਦਾ ਮਾਹੌਲ ਹੁੰਦਾ। ਅਦਾਰੇ ਹੋ ਗਏ ਜਾਂ ਇਹ ਪੋਲੀਟੀਕਲ ਪਾਰਟੀਆਂ ਹੋ ਗਈਆਂ, ਉਹ ਮੇਰੇ ਖਿਆਲ ਕੁਛ ਹੱਦ ਤੱਕ ਜਾਣ ਕੇ ਵੀ ਐਸਾ ਮਾਹੌਲ ਕ੍ਰੀਏਟ ਕਰਕੇ ਰੱਖਦੇ ਨੇ ਕਿ ਸਾਨੂੰ ਇੱਕ ਦੂਜੇ ਲੂਪਹੋਲ ਪਤਾ ਲੱਗਦੇ ਰਹਿਣ। ਉਹ ਵੀ ਇਹ ਹੁੰਦਾ ਵੀ ਜੇ ਅਦਾਰੇ ਦੇ ਵਿੱਚ 40-50 ਬੰਦੇ ਕੰਮ ਕਰਦੇ ਤਾਂ ਉਹਦੇ ਵਿੱਚ ਵੀ ਉਹਨਾਂ ਨੇ 2 ਲੀਡਰ ਬਣਾ ਦੇਣੇ ਹੁੰਦੇ ਆਪੇ ਹੀ, ਅਤੇ ਫਿਰ ਅੱਧੇ ਕੁ ਬੰਦੇ ਇੱਕ ਲੀਡਰ ਮਗਰ ਹੋ ਜਾਂਦੇ, ਅੱਧੇ ਇੱਕ ਲੀਡਰ ਮਗਰ ਹੋ ਜਾਂਦੇ, ਉਹਦੀ ਗੱਲ ਮੰਨਦੇ, ਅੱਧੇ ਉਹਦੇ ਮੰਨਦੇ, ਲੇਕਿਨ ਮਾਲਕ ਨੂੰ ਇਹ ਹੁੰਦਾ, ਜਿਹੜਾ ਵੀ ਹੁੰਦਾ ਮੈਨੇਜਮੈਂਟ ਨੂੰ ਇਹ ਹੁੰਦਾ ਵੀ ਸਾਰਾ ਅੰਦਰ ਖਾਤਾ ਪਤਾ ਲੱਗ ਜਾਂਦਾ ਵੀ ਕਿਹੜਾ ਕੀ ਕਰਦਾ। ਉਹਨੇ ਦੋਹਾਂ ਨੂੰ ਪੰਪ ਦੇ ਕੇ ਰੱਖਣਾ, ਦੋਹਾਂ ਨੂੰ ਐਂ ਲੱਗਣਾ ਲੈ ਵੀ ਮੇਰੇ ਤੋਂ ਨੇੜੇ ਹੈ ਹੀ ਨਹੀਂ ਕੋਈ। ਇਵੇਂ ਹੁਣ ਪੋਲੀਟੀਕਲ ਪਾਰਟੀਆਂ ਦੀ ਗੱਲ ਕਰੀਏ, ਉਹ ਵੀ ਇਹੀ ਹਾਲ ਹੈ ਵੀ ਉਹਦੇ ਵਿੱਚ ਵੀ ਇਹ ਬਣ ਜਾਂਦਾ ਕੰਮ। ਅਤੇ ਹੁਣ ਪ੍ਰਗਟ ਸਿੰਘ ਦੀ ਅਤੇ ਅਸੀਂ ਕੈਪਟਨ ਅਮਰਿੰਦਰ ਸਿੰਘ ਦੀ ਅਗਰ ਗੱਲ ਕਰੀਏ ਤਾਂ ਕਾਫੀ ਖਿੱਚਾ ਧੂਈ ਤੋਂ ਬਾਅਦ 12 ਲਗਭਗ ਜਿਹੜੇ ਬੰਦੇ ਨੇ ਉਹ ਅੱਡ ਨੇ, ਜਿਹੜੇ ਖਿਲਾਫ ਹੋ ਚੁੱਕੇ ਨੇ ਕੈਪਟਨ ਸਾਹਿਬ ਦੇ, ਇਹਨਾਂ ਦੇ ਮੰਤਰੀ ਆ, ਸੈਂਟਰ ਮੰਤਰੀ ਆ, MP ਆ, ਵਿੱਚ MLA ਨੇ, ਅਤੇ ਕਾਫੀ ਕੰਮ ਖਰਾਬ ਨਜ਼ਰ ਆਉਂਦਾ। ਸੋ ਸਾਡੇ ਅਸੀਂ ਤਾਂ ਸਾਰਿਆਂ ਦੇ ਹੱਕ 'ਚ, ਅਸੀਂ ਪੰਜਾਬ ਦੇ ਹੱਕ 'ਚ, ਬੇਸਿਕਲੀ ਪੰਜਾਬ ਦਾ ਕੋਈ ਭਲਾ ਕਰਦਾ ਅਤੇ ਉਹਦੀ ਅਸੀਂ ਗੱਲ ਜ਼ਰੂਰ ਬਿਨਾਂ ਉਹਦੇ ਕਿਸੇ ਹਾਵ ਭਾਵ ਦੇ ਕਰਦੇ ਹਾਂ। ਪਰ ਜਿਹੜਾ ਹੁਣ ਪੰਜਾਬ ਦਾ ਭਲਾ ਹੀ ਕੋਈ ਨਹੀਂ ਕਰਦਾ, ਪੰਜਾਬ ਦੀ ਕੋਈ ਵੀ ਪਾਰਟੀ ਆਈ ਉਹਨੂੰ ਕੀਤਾ ਹੀ ਕੁਛ ਨਹੀਂ ਹਜੇ ਤੱਕ, ਜਿਹੜੀ ਚੀਜ਼ ਕਹਿੰਦੇ ਆ ਉਹ ਕਰਦੇ ਨਹੀਂ ਹੈਗੇ। ਅਤੇ ਜਿਵੇਂ ਅਸੀਂ ਪਹਿਲਾਂ ਵੀ ਗੱਲ ਕਰੀ ਦੀ ਆ ਵੀ ਜਿੱਤਣ ਤੋਂ ਬਾਅਦ ਜਿਹੜੀ ਪਾਰਟੀ ਜਿੱਤ ਜਾਂਦੀ ਹੈ ਤਾਂ ਸਾਰੇ ਮਸਲਿਆਂ ਦੇ ਹੱਲ ਵਿਰੋਧੀ ਪਾਰਟੀ ਕੋਲ ਚੱਲ ਜਾਂਦੇ ਆ, ਜਿੱਤਣ ਵਾਲੇ ਕੋਲ ਨਹੀਂ ਰਹਿੰਦੇ। ਜਦੋਂ ਜਿੱਤਣ ਵਾਲਾ ਹਾਰ ਜਾਂਦਾ ਉਹ ਵਿਰੋਧੀ ਧਿਰ ਦੇ ਵਿੱਚ ਹੁੰਦਾ, ਫਿਰ ਸਾਰੇ ਮਸਲੇ ਉਹਦੇ ਕੋਲ ਚੱਲ ਜਾਂਦੇ ਆ। ਸੋ ਇਹ ਕੰਮ ਚੱਲਦਾ ਆਉਂਦਾ ਚੱਲਦਾ ਆਇਆ। ਪ੍ਰਗਟ ਸਿੰਘ, ਕੈਪਟਨ ਅਮਰਿੰਦਰ ਸਿੰਘ ਦੀ ਗੱਲ, ਤੁਸੀਂ ਤੁਹਾਡੇ ਬਹੁਤ ਸਾਰੇ ਲੋਕ ਸਾਨੂੰ ਕਹਿੰਦੇ ਨੇ ਜੀ ਪ੍ਰਗਟ ਸਿੰਘ ਅਤੇ ਨਵਜੋਤ ਸਿੱਧੂ ਜਿੰਨੇ ਇਹ ਬੰਦੇ ਹੈਗੇ ਆ ਇਹਨਾਂ ਨੂੰ ਖੁੱਲ੍ਹ ਕੇ ਸਾਹਮਣੇ ਹੁਣ ਕਰਾਉਣਾ ਚਾਹੀਦਾ ਅਤੇ ਆਪਣੀ ਕੋਈ ਪਾਰਟੀ ਬਣਾਉਣੀ ਚਾਹੀਦੀ ਹੈ। ਪਰ ਪਾਰਟੀ ਬਣਦੀ ਨਹੀਂ ਬਣਦੀ ਇਹ ਬਾਅਦ ਦੀ ਗੱਲ ਹੈ, ਆਉਣ ਵਾਲਾ ਸਮਾਂ ਕਿਹੋ ਜਿਹਾ ਆਉਂਦਾ। ਵੈਸੇ ਇੱਕ ਗੱਲ ਤਾਂ ਪੱਕੀ ਹੈ ਵੀ ਪੰਜਾਬ ਦੇ ਵਿੱਚ ਹੁਣ ਕਿਸੇ ਦੇ ਘਰ ਦੇ 25-30 ਜੀ ਆ ਤਾਂ ਉਹਦੀ ਪੁੱਛਗਿੱਛ ਚੰਗੀ ਸ਼ੁਰੂ ਹੋ ਗਈ ਹੈ, ਜਿਵੇਂ ਦਲਿਤ ਭਾਈਚਾਰੇ ਨੂੰ ਬਹੁਤ ਹੁਣ ਭਰਮਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਅੱਜ ਜਿਹੜੀ ਅਸੀਂ ਤੁਹਾਡੇ ਨਾਲ ਗੱਲ ਕਰਨੀ ਉਹ ਪੰਜਾਬ ਦੀ ਉਹ ਕਰਨੀ ਹੈ, ਪੰਜਾਬ ਦੇ ਵਿੱਚ ਕੀ ਮਾਹੌਲ ਹੈਗਾ, ਖਾਸ ਤੌਰ 'ਤੇ ਕੀ ਲੱਗਦਾ ਤੁਹਾਨੂੰ ਇਹ ਜਿਹੜਾ ਕੈਪਟਨ ਅਤੇ ਸਿੱਧੂ ਅਤੇ ਇਹਦਾ ਸਾਰਿਆਂ ਦਾ ਰੌਲਾ ਚੱਲਦਾ, ਸਾਰੇ ਜਣੇ ਪ੍ਰਤਾਪ ਸਿੰਘ ਬਾਜਵਾ ਵੀ ਗੱਲ ਕਰ ਰਿਹਾ, ਹੋਰ ਵੀ ਸਾਰੇ ਆ ਗੱਲ ਕਰ ਰਹੇ ਨੇ ਕਿ ਕੈਪਟਨ ਨੂੰ ਇਹ ਨਹੀਂ ਕਰਨਾ ਚਾਹੀਦਾ, ਉਹ ਨਹੀਂ ਕਰਨਾ ਚਾਹੀਦਾ, ਅਤੇ ਕੀ ਇਉਂ ਨਹੀਂ ਲੱਗਦਾ ਵੀ ਕਿਤੇ ਕੈਪਟਨ ਸਾਹਿਬ ਵੀ ਮੋਦੀ ਵਾਲੀਆਂ ਰਾਹਾਂ 'ਤੇ ਤੁਰ ਰਹੇ ਆ, ਕਿਸੇ ਦੀ ਗੱਲ ਸੁਣਨੀ ਹੀ ਨਹੀਂ, ਜਿੰਨਾ ਮਰਜ਼ੀ ਕੋਈ ਚੰਗੀ ਗੱਲ ਕਵੇ ਕੋਈ ਮਾੜੀ ਕਵੇ। ਸੋ ਅੱਜ ਦਾ ਵਿਸ਼ਾ ਮੇਰਾ ਰਲਵਾਂ ਮਿਲਵਾਂ ਇਹ ਹੋਏਗਾ, ਪਰ ਮੇਰੇ ਨਾਲ ਜਿਹੜੇ ਮਹਿਮਾਨ ਜੁੜਨਗੇ ਹੁਣ ਬ੍ਰੇਕ ਤੋਂ ਬਾਅਦ ਉਹ ਬੜੇ ਖਾਸ ਹੋਣਗੇ। ਉਹ ਕਿਸੇ ਪੋਲੀਟੀਕਲ ਪਾਰਟੀ ਦੇ ਨਾਲ ਸੰਬੰਧ ਨਹੀਂ ਰੱਖਦੇ, ਲੇਕਿਨ ਉਹ ਇੱਕ ਐਸੀ ਹਸਤੀ ਜਿਹੜੀ ਸਾਡੇ ਹਿੰਦੁਸਤਾਨ ਦੀ, ਮੈਂ ਸਮਝਦਾ ਸ਼ਾਇਦ ਇੱਕੋ ਇੱਕ ਹਸਤੀ, ਇੱਕੋ ਇੱਕ ਭਾਰਤ ਦਾ ਪ੍ਰਧਾਨ ਮੰਤਰੀ ਇਹੋ ਜਿਹਾ ਰਿਹਾ ਜਿਹਦਾ ਪੂਰੀ ਦੁਨੀਆ ਦੇ ਵਿੱਚ ਸਤਿਕਾਰ ਹੈ, ਜਿਹਨੇ ਇੱਕ ਬਹੁਤ ਇਮਾਨਦਾਰੀ ਦੇ ਨਾਲ ਆਪਣਾ ਕੰਮ ਜਿਹੜਾ ਵੀ ਕੀਤਾ ਕੀਤਾ, ਪੂਰੀ ਦੁਨੀਆ ਦੇ ਵਿੱਚ ਉਹਨਾਂ ਦਾ ਸਤਿਕਾਰ ਹੈਗਾ, ਡਾਕਟਰ ਮਨਮੋਹਨ ਸਿੰਘ ਦਾ। ਉਹਨਾਂ ਦਾ ਜ਼ਿਕਰ ਮੈਂ ਤਾਂ ਕਰਦਾ ਕਿ ਅੱਜ ਜਿਹੜੇ ਮੇਰੇ ਨਾਲ ਮਹਿਮਾਨ ਜੁੜੇ ਨੇ ਉਹ ਡਾਕਟਰ ਮਨਮੋਹਨ ਸਿੰਘ ਦੇ ਦੋਸਤ ਨੇ, ਉਹਨਾਂ ਦੇ ਡਾਕਟਰ ਮਨਮੋਹਨ ਸਿੰਘ ਉਹਨਾਂ ਨਾਲ ਫੈਮਿਲੀ ਇਹ ਸੰਬੰਧ ਹੈਗੇ ਨੇ, ਉਹਨਾਂ ਦੀ ਵਾਈਫ ਅਤੇ ਡਾਕਟਰ ਮਨਮੋਹਨ ਸਿੰਘ ਉਹਨਾਂ ਦੀ ਵਾਈਫ ਜਿਹੜੀ ਆ ਉਹ ਸਹੇਲੀਆਂ ਨੇ।
पर वो पोलीटल पार्टियां संबंध नहीं रखते, लेकिन वो चंकी सोच जरूर रखते। आप भी वैसे भी अंदाजा ला सकते हैं भी जेडे जिन्हों के दोस्त डॉक्टर मनमोहन सिंह वर्गे आ उन्हों की सोच भी वाकया ही मनमोहन सिंह वर्गी होएगी। और क्योंकि मनमोहन सिंह का दोस्त आम बंदा कोई हो नहीं सकता, उन्हों की सोच के बराबर खड़न वाला कोई आम बंदा नहीं हो सकता। सो एले तो साडे नाल मेहमान आज जुड़नगे ब्रेक तो बाद। फिलहाल एक ब्रेक लें जी, ब्रेक तो बाद फिर साडे नाल मेहमान जुड़नगे। गल्लां वह बेशक किसी पोलीटिकल पार्टी के नहीं है, एक वधिया सोच रखने वाले इंसान है, उन्होंने गल करांगे। फिलहाल ब्रेक लें, देखते रहो जस पंजाबी। हाजर है ब्रेक तो बाद। जिवें ब्रेक तो पहला मैं जिक्र किया, साडे अज दे मेहमान जिहड़े ने ਉਹ ਡਾਕਟਰ ਮਨਮੋਹਨ ਸਿੰਘ, ਸਾਡੇ ਸਾਬਕਾ ਪ੍ਰਧਾਨ ਮੰਤਰੀ ਭਾਰਤ ਦੇ, ਪੂਰੀ ਦੁਨੀਆ ਦੇ ਵਿੱਚ ਜਿਨ੍ਹਾਂ ਨੂੰ ਬੜੇ ਸਤਿਕਾਰ ਦੀ ਨਜ਼ਰ ਨਾਲ ਦੇਖਿਆ ਜਾਂਦਾ, ਉਹਨਾਂ ਦੇ ਨਜ਼ਦੀਕੀ ਮਿੱਤਰਾਂ ਦੇ ਵਿੱਚੋਂ ਇੱਕ ਨੇ। ਔਰ ਵੈਸੇ ਵੀ ਇੱਥੇ ਐਲੇ ਦੇ ਵਿੱਚ ਰਹਿੰਦੇ ਨੇ ਅਤੇ ਉੱਥੇ ਬਹੁਤ ਸਾਰੇ ਸੋਸ਼ਲ ਕੰਮ ਸਾਡੀ ਕਮਿਊਨਿਟੀ ਨੂੰ ਕਦੇ ਵੀ ਕਿਸੇ ਤਰ੍ਹਾਂ ਦੀ ਲੋੜ ਪੈਂਦੀ ਆ ਤਾਂ ਉਹ ਖੜੇ ਹੁੰਦੇ ਨੇ ਨਾਲ। ਅਗਲੀ ਗੱਲ ਕਰੀਏ ਤਾਂ ਪੰਜਾਬੀ ਗਲੋਬਲ ਫੋਰਮ USA ਉਹਦੇ ਪ੍ਰਧਾਨ ਵੀ ਨੇ। ਪਿੱਛੇ ਜੇ ਬ੍ਰੈਡ ਸ਼ਰਮਨ ਜਿਹੜੇ ਉੱਥੋਂ ਦੇ ਹੈਗੇ ਨੇ, ਉਹਨਾਂ ਨੇ ਜਦੋਂ ਦਿੱਲੀ ਕਿਸਾਨਾਂ ਦੀ ਗੱਲ ਹੋਈ ਸੀ ਤਾਂ ਇੰਟਰਨੈਟ ਜਦੋਂ ਬੰਦ ਹੋਇਆ ਸੀ ਤਾਂ ਉਹ ਬ੍ਰੈਡ ਸ਼ਰਮਨ ਜਿਹੜੇ ਹੈਗੇ ਨੇ ਉਹਨਾਂ ਨੇ ਉਪਰਾਲਿਆਂ ਦੇ ਨਾਲ ਉੱਥੇ ਸਾਰਾ ਕੁਝ ਬਹਾਲ ਹੋਇਆ ਸੀਗਾ। ਅਸੀਂ ਵੀ ਗਏ ਸੀ ਉਹਨਾਂ ਦਾ ਪ੍ਰੋਗਰਾਮ ਕਵਰ ਕਰਨ ਵਾਸਤੇ, ਤਾਂ ਮੈਨੂੰ ਬ੍ਰੇਕ ਦੇ ਵਿੱਚ ਇੱਕ ਦੋ ਮੈਸੇਜ ਵੀ ਆ ਗਏ ਵੀ ਨਾਂ ਤਾਂ ਦੱਸ ਦਿੰਦੇ, ਚਲੋ ਨਾਂ ਵੀ ਦੱਸ ਦਿੰਦੇ ਜੀ ਹੁਣ, ਜ਼ਰੂਰ ਨਾਮ ਤਾਂ ਦੱਸਣਾ ਹੀ ਹੈ। ਪਰ ਮੈਂ ਪਹਿਲਾਂ ਥੋੜ੍ਹਾ ਜਿਹਾ ਸਸਪੈਂਸ ਰੱਖਿਆ ਸੀ, ਸਾਡੇ ਨਾਲ ਜੁੜੇ ਨੇ ਡਾਕਟਰ ਜਸਪਾਲ ਸਿੰਘ, ਉਹਨਾਂ ਨਾਲ ਅੱਜ ਗੱਲ ਕਰਾਂਗੇ ਡਾਕਟਰ ਮਨਮੋਹਨ ਸਿੰਘ ਜੀ ਦੇ ਨਜ਼ਦੀਕੀ ਮਿੱਤਰਾਂ ਦੇ ਵਿੱਚ। ਜੀ ਜੀ, ਸਤਿ ਸ਼੍ਰੀ ਅਕਾਲ ਜੀ ਸਰ ਜਸਪਾਲ ਸਿੰਘ ਜੀ, ਬਹੁਤ ਬਹੁਤ ਸਵਾਗਤ ਜੀ ਤੁਹਾਡਾ। ਅਤੇ ਅੱਜ ਫਿਰ ਤੁਹਾਡੇ ਫੋਨ ਦੇ ਜ਼ਰੀਏ ਦਰਸ਼ਨ ਕਰਨ ਦਾ ਮੌਕਾ ਮਿਲਿਆ। ਅਸੀਂ ਗੱਲ ਕਰਾਂਗੇ ਜੀ ਡਾਕਟਰ ਮਨਮੋਹਨ ਸਿੰਘ ਜੀ, ਉਹਨਾਂ ਨਾਲ ਤੁਹਾਡੇ ਨਜ਼ਦੀਕੀ ਸੰਬੰਧ ਨੇ, ਨਜ਼ਦੀਕੀ ਮਿੱਤਰਾਂ ਦੇ ਵਿੱਚੋਂ ਹੈਗੇ ਨੇ, ਉਹ ਥੋੜ੍ਹੇ ਜਿਹਾ ਸਾਡੇ ਦਰਸ਼ਕਾਂ ਨੂੰ ਪਹਿਲਾਂ ਦੱਸੋ, ਫਿਰ ਅਸੀਂ ਰਾਜਨੀਤੀ ਦੀ ਗੱਲ ਕਰਾਂਗੇ। ਸਰਦਾਰ ਮਨਮੋਹਨ ਸਿੰਘ ਬਾਰੇ ਦੱਸਣ ਦੀ ਜਗਤਾਰ ਸਿੰਘ ਲੋੜੀ ਹੈ ਜੀ, ਉਹਨਾਂ ਨੂੰ ਜਾਣਦੀ ਆ, ਉਹ ਤਾਂ ਇੰਨੇ ਇਮਾਨਦਾਰ, ਸਾਰੀ ਦੁਨੀਆਂ ਤੋਂ ਇਮਾਨਦਾਰ, ਸਾਰੀ ਦੁਨੀਆਂ ਤੋਂ ਇੰਟੈਲੀਜੈਂਟ, ਸਾਰੀ ਦੁਨੀਆਂ ਤੋਂ ਮਿਹਨਤੀ। ਪਿੱਛੇ ਦੋ ਹੋਏ ਆ, ਮੈਨੂੰ ਐਲੇ ਦਾ ਮੇਹਰ ਮਿਲਿਆ। ਅੱਛਾ ਜੀ, ਜਿਹੜਾ ਸਾਡੇ ਪੜੋਸੀ ਦਾ ਮੇਹਰ ਆ, ਉੱਥੇ ਗੁਰਦੁਆਰੇ ਇਕੱਠੇ ਹੋਏ ਡਾਕਟਰ ਬਾਰਵਾ ਸਾਹਿਬ ਸੀਗੇ ਨਾਲ, ਉਹਨੇ ਜੇ ਪਿਕਚਰ ਦੇਖੀ ਨਾ, ਕਹਿੰਦਾ ਉਹ ਮਿਸਟਰ ਸਿੰਘ ਆਈ ਇੰਪ੍ਰੈਸ, ਕਹਿੰਦੇ ਇੱਕ ਵਾਰੀ ਇਹਨਾਂ ਨੂੰ ਮਿਲਿਆ। ਉਹਨਾਂ ਦਾ ਦੁਨੀਆਂ 'ਤੇ ਨਾਂ ਹੈ, ਉਹਨਾਂ ਦਾ ਦੁਨੀਆਂ ਅਵਾਮਾ ਇੰਨੀ ਰਿਸਪੈਕਟ ਕਰਦਾ, ਇਹ ਕਿਤਾਬ ਵਿੱਚ ਵੀ ਉਹਨਾਂ ਨੇ ਜ਼ਿਕਰ ਕੀਤਾ ਹੈਗਾ। ਉਹ ਤਾਂ ਸਾਰੀ ਉਮਰ ਉਹਨਾਂ ਨੇ ਇੱਕ ਨਿੱਕਾ ਪੈਸੇ ਨੂੰ ਹੱਥ ਤੇ ਮੈਰੀਆਂ ਬੜੀਆਂ ਗੱਲਾਂ ਹੋਈਆਂ। ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਭਾਅ ਜੀ ਉਦੋਂ ਰੌਲਾ ਰੱਪਾ ਕਿੱਦਾਂ ਬੜਾ ਪੈਂਦਾ ਰਿਹਾ? ਉਹ ਕਹਿੰਦੇ ਵੀ ਮੈਂ ਬੜੇ ਚੰਗੇ ਬੰਦੇ ਆਪਣੇ ਨਾਲ ਲਾਉਣ ਦੀ ਕੋਸ਼ਿਸ਼ ਕੀਤੀ, ਪਰ ਲੇਕਿਨ ਬੰਦੇ ਤੇ ਇੱਥੇ ਬਰਤਾਂ ਤੋਂ ਥੋੜੇ ਬੰਦੇ ਲਿਆਉਣੇ, ਇੰਨੇ ਚੰਗੇ ਇਨਸਾਨ। ਮੇਰੀ ਆਦਤ ਹੈ ਇਹੋ ਕਿ ਜਿਹੜੇ ਚੰਗੇ ਇਨਸਾਨ ਉਹਨਾਂ ਨਾਲ ਸੰਬੰਧ ਰੱਖਦਾ ਹੈ, ਇਸ ਕਰਕੇ ਸਾਡੇ ਹੈਗੇ ਆ ਉਹਨਾਂ ਨਾਲ ਸੰਬੰਧ ਜੀ। ਸਾਡੇ ਦਰਸ਼ਕ ਜਾਣਨਾ ਚਾਹੁੰਗੇ ਤੁਹਾਡਾ ਉਹਨਾਂ ਨਾਲ ਸੰਪਰਕ ਕਿਵੇਂ ਹੋਇਆ, ਕਿਵੇਂ ਕਿਸ ਸਮੇਂ ਤੋਂ ਕਿੰਨੇ ਸਮੇਂ ਤੋਂ ਤੁਸੀਂ ਉਹਨਾਂ ਨੂੰ ਜਾਣਦੇ ਹੋ ਜਾਂ ਕਿੰਨੇ ਸਮੇਂ ਤੋਂ ਮਿਲਦੇ ਵਰਦੇ ਹੋ? ਮੈਂ ਜਦੋਂ ਦੇ ਉਦੋਂ ਜਾਣ ਲੱਗਾ, ਜਦੋਂ ਪਹਿਲੋਂ ਮੇਰੇ ਵਾਕਫੀ ਹੈਗੀ ਆ, ਪਰ ਗੱਲ ਹੁੰਦੀ ਸੀ, ਪਰ ਜਦੋਂ ਪ੍ਰਾਈਮ ਮਿਨਿਸਟਰ ਬਣੇ ਮੈਂ ਵੀ ਮਿਲਿਆ ਉਹਨਾਂ ਨੂੰ। ਜਦੋਂ ਪ੍ਰਾਈਮ ਮਿਨਿਸਟਰ ਨਹੀਂ ਹੋ ਸਕੇ ਫਿਰ ਮੈਂ ਪੜਿਆ, ਕਿਉਂ ਕਰਦਾ ਭਾਵਾਂ ਘੰਟਾ, ਜਿੱਦਾਂ ਜੇ ਪ੍ਰਾਈਮ ਮਿਨਿਸਟਰ ਹੁੰਦੇ 2 ਸਕਿੰਟ ਮਿਲਣਾ ਸੀ ਕਿ ਮਿਲਣਾ ਸੀ ਕਿ ਨਹੀਂ ਮਿਲਣਾ ਸੀ, ਆਪਾਂ ਨੂੰ ਮਤਲਬ ਤਾਂ ਇਹ ਹੋ। ਉਹ ਤਾਂ ਜਿੰਨੀ ਵਾਰ ਵੀ ਮੈਂ ਇੰਡੀਆ ਜਾਣਾ ਕਿਉਂ ਨਾ, ਹੁਣ ਮੇਰੀ ਗੱਲ ਪਿੱਛੇ ਵੀਕ ਹੋਈ ਸੀ, ਹੁਣ ਫਿਰ ਅਸੀਂ ਗੱਲ ਕਰਦੇ 2 ਵੀਕ ਬਾਅਦ। ਹਾਂਜੀ, ਜਿੱਦਾਂ ਨਵਾਂ ਸਾਥੀ ਉੱਤਰ ਉਹਨਾਂ ਦੀ ਵਾਈਫ ਤੋਂ ਮੇਰੀ ਵਾਈਫ, ਅਸੀਂ ਅੱਧਾ ਘੰਟਾ ਬਹੁਤ ਖੁਸ਼ ਹੋਏ, ਜਿੱਦਣ ਉਹਨਾਂ ਹੋ ਗਏ ਸੀਗੇ ਥੋੜ੍ਹੇ ਉਹਨਾਂ ਦੀ ਖਰਾਬ ਹੋਈ ਸੀ। ਪਿੱਛੇ ਇੱਕ ਵਾਰੀ ਉਹਨਾਂ ਪਿੱਛੇ ਫਸ ਕੇ ਡਿੱਗ ਪਏ ਸੀ, ਅਤੇ ਉੱਪਰ ਲੋਕ ਸਮਝਦੇ ਕਰੇ ਕੀ ਹੋ ਗਿਆ, ਹੋ ਗਿਆ ਇੱਦਾਂ ਦੀ ਕੋਈ ਗੱਲ ਨਹੀਂ। ਅਤੇ ਹੁਣ ਜਿਹੜਾ ਕੋਵਿਡ ਦਾ ਹੋਇਆ ਸੀ ਉਹ ਠੀਕ ਹੋ ਕੇ ਜਿੱਦਾਂ ਆਏ, ਜਿੱਦਣ ਹਸਪਤਾਲ ਗਏ ਉੱਦਣ ਵੀ ਗੱਲ ਹੋਈ ਆ, ਜਿੱਦਣ ਆ ਗਿਆ ਆਫਰੀਕਾ, ਉਹ ਉੱਦਾਂ ਦੇ ਇਨਸਾਨ ਤਾਂ ਉਹਦਾ ਕਿਤੇ ਪਰਮਾਤਮਾ ਦਾ ਰੂਪ ਕਹਿੰਦਾ ਉਹਨਾਂ ਨੂੰ। ਅੱਛਾ ਜੀ, ਉਹਨਾਂ ਦਾ ਜੀ ਹੁਣ ਆਪਾਂ ਮੇਨ ਵਿਸ਼ੇ 'ਤੇ ਆਈਏ, ਉਹਨਾਂ ਦੇ ਕੀ ਵਿਚਾਰ ਨੇ, ਤੁਹਾਡੀ ਗੱਲ ਹੁੰਦੀ ਹੋਏਗੀ ਪੰਜਾਬ ਦੀ ਰਾਜਨੀਤੀ ਬਾਰੇ, ਜਿਹੜਾ ਉਹਨਾਂ ਦੇ ਕੀ ਵਿਚਾਰ ਨੇ, ਅਤੇ ਉਸ ਤੋਂ ਬਾਅਦ ਤੁਸੀਂ ਕਾਂਗਰਸ ਪਾਰਟੀ ਨੂੰ ਸੰਬੰਧ ਰੱਖਦੇ ਹੋ ਜਾਂ ਤੁਸੀਂ ਵੈਸੇ ਸਪੋਰਟਰ ਹੋ ਮਨਮੋਹਨ ਸਿੰਘ ਜੀ ਕਰਕੇ, ਜਾਂ ਵੈਸੇ? ਮੈਂ ਪਾਰਟੀ ਨਾਲ ਕਿਸੇ ਨਾਲ ਸੰਬੰਧ ਨਹੀਂ ਹੈ, ਮੈਂ ਚੰਗੇ ਬੰਦਿਆਂ ਨਾਲ ਮੇਰੇ ਸੰਬੰਧ। ਵਾਹ ਜੀ ਵਾਹ, ਅਤੇ ਮਨਮੋਹਨ ਸਿੰਘ ਜੀ ਕਰਦਾ ਜਾਂ ਪੁਲਿਸ 'ਚ ਚੰਗੇ ਬੰਦੇ ਆ ਜਾਂ ਇਹ ਨਾ, ਉਹ ਦੁਖੀ ਆ ਪੰਜਾਬ ਦੇ ਦੇਖ ਕੇ, ਬੜੇ ਦੁਖੀ ਆ, ਮੇਰੇ ਨਾਲ ਗੱਲ ਹੁੰਦੀ ਰਹਿੰਦੀ, ਬੜਾ ਉਹਨਾਂ ਨੂੰ ਦੁੱਖ ਹੁੰਦਾ ਕੋਈ। ਅੱਛਾ ਜੀ, ਬਹੁਤ ਦੁਖੀ ਆ ਪੰਜਾਬ। ਅਤੇ ਬਾਕੀ ਜਿਹੜੀ ਹੁਣ ਪੰਜਾਬ ਦੀ ਸਿਆਸਤ ਆ ਜੀ,
ਇਹ ਤਾਂ ਜਗਤਾਰ ਸਿੰਘ ਇਹ ਕਰਤਾ ਹੈ ਨਹੀਂ ਕੁਛ ਸਿਆਸਤ ਹੀ ਨਹੀਂ ਕੀ ਕਰਤਾ ਇਹ ਤਾਂ ਬੰਦ ਕਰਕੇ ਚਾਬੀ ਜੇਬ ਚ ਫਾਲੀ ਜੇਬਾ ਚ ਸਭ ਕੁਛ ਜੀ ਜੇ ਪ੍ਰਗਟ ਸਿੰਘ ਦੀ ਤੁਸੀਂ ਗੱਲ ਜੇ ਕਰੀਏ ਹਾਂਜੀ ਜੇ ਪਹਿਲੋਂ ਮੈਂ ਤੁਹਾਡੇ ਕੁਸ਼ਚਨ ਪੁੱਛਣ ਤੋਂ ਪਹਿਲੇ ਮੈਂ ਤੁਹਾਨੂੰ ਦੱਸਣ ਲੱਗ ਪਿਆ ਪ੍ਰਗਟ ਸਿੰਘ ਨੇ ਜਿਹੜਾ ਕਿਹਾ ਪ੍ਰਗਟ ਸਿੰਘ ਨੂੰ ਕਿਸੇ ਦੀ ਸਿਫਾਰਿਸ਼ ਦੀ ਲੋੜ ਹੈ ਕਿਸੇ ਚ ਕਿੱਦਾਂ ਦੇ ਚੰਗੇ ਇਨਸਾਨ ਜਿਹੜੇ ਮੁਲਕ ਦਾ ਨਾਮ ਉੱਚਾ ਕੀਤਾ ਇੱਥੇ ਤੱਕ ਲੈ ਕੇ ਗਿਆ ਕਿ ਬੜੇ ਮਾਣ ਮਹਿਸੂਸ ਹੁੰਦਾ ਉਹਦੇ ਨਾਲ ਨਾਲ ਸਾਡੇ ਇੰਡੀਆ ਦਾ ਉਹਨੂੰ ਮਾਣ ਕਰਦਾ ਉਸ ਬੰਦੇ ਨੂੰ ਕਹਿਣਾ ਮਤਲਬ ਠੋਕੂਗਾ ਤੈਨੂੰ ਐਂ ਕਰੂੰਗਾ ਉਹ ਕਰੂੰਗਾ ਕਿੰਨੀ ਮਾੜੀ ਗੱਲ ਹੋਰ ਇਹ ਜਿਹੜੇ ਸਿਆਸਤਦਾਨ ਹੈ ਇਹਨਾਂ ਦੀ ਸਿੱਧੀ ਮਤਲਬ ਇਹ ਮੈਨੂੰ ਹੁਣ ਸਪਸ਼ਟ ਗੱਲ ਕਰਨ ਦੀ ਲੋੜ ਹੈ ਇਹ ਜਿਹੜੇ ਬੰਦੇ ਆ ਇਹਨਾਂ ਨੂੰ ਤਾਂ ਬਿਲਕੁਲ ਗੱਲ ਹੀ ਨਹੀਂ ਹੈ ਆਤਮਾ ਮਰ ਗਈ ਆ ਬਸ ਉਹਦੇ ਤੁਰੇ ਫਿਰਦੇ ਆ ਬਸ ਆਪਣੀ ਕਿਰਪਾ ਭਰੀ ਜਾਓ ਗੁਰੂਆਂ ਮਰਦੇ ਹੁਣ ਗੱਲ ਹੀ ਹੈ ਜੀ ਇਹ ਹੁਣ ਇਹ ਤਾਂ ਐਮ ਐਲ ਏ ਨੂੰ ਚਾਹੀਦਾ ਹੁਣ ਐਮ ਐਲ ਏ ਆਪਣੀ ਨੂੰ ਪੁੱਛਣ ਤੇ ਜੇ ਐਮ ਐਲ ਏ ਪ੍ਰਗਟ ਸਿੰਘ ਨੂੰ ਕਹਿਣਾ ਗਲਤ ਹੈ ਜੇ ਸਹੀ ਆ ਤਾਂ ਉਹਦੇ ਮਗਰ ਲੱਗਣ ਇਹਨੂੰ ਤਾਂ ਚੱਲਦਾ ਬਣਨ ਸਿੱਧੀ ਗੱਲ ਹੈ ਜੇ ਹੁਣ ਕਿੰਨਾ ਕੁ ਹੋਰ ਨੁਕਸਾਨ ਕਰਾਉਣਾ ਪੰਜਾਬ ਦਾ ਸਾਰੇ ਲੋਕ ਦੁਨੀਆਂ ਜਾਣਦੀ ਆ ਇਹਨਾਂ ਦਾ ਆਪਸ ਮਿਲੀ ਭੁਗਤ ਇਹ ਕਿੱਧਰ ਨੂੰ ਤੁਰ ਪਿਆ ਜੀ ਕਿੰਨੇ ਕੁ ਪੈਸੇ ਚਾਹੀਦੇ ਬੰਦੇ ਜੀ ਤੇ ਜੀ ਬਿਲਕੁਲ ਜੀ ਬਿਲਕੁਲ ਗੱਲ ਤੁਸੀਂ ਜਿਵੇਂ ਕੀਤੀ ਹੈ ਕਿ ਨਵਜੋਤ ਸਿੱਧੂ ਬਾਰੇ ਕੀ ਵਿਚਾਰ ਨੇ ਜੀ ਉਹਨਾਂ ਦੇ ਜਾਂ ਤੁਹਾਡੇ ਨਵਜੋਤ ਸਿੱਧੂ ਬਾਰੇ ਦੇਖੋ ਮੈਂ ਜ਼ਿਆਦਾ ਨਵਜੋਤ ਸਿੱਧੂ ਨੂੰ ਵੈਸੇ ਮੈਂ ਸੁਣਦਾ ਆਇਆ ਖਾ ਮੇਰੀ ਗੱਲ ਹੀ ਕਦੀ ਹੋਈ ਅੱਛਾ ਜੀ ਪਰ ਲੇਕਿਨ ਪ੍ਰਗਟ ਸਿੰਘ ਬਹੁਤ ਸਿਆਣਾ ਅੱਛਾ ਜੀ ਪ੍ਰਗਟ ਸਿੰਘ ਮੈਂ ਤਾਂ ਨਵਜੋਤ ਸਿੱਧੂ ਨੂੰ ਕਹੂੰਗਾ ਜਿਹਦੇ ਕੋਈ ਗੱਲ ਕਰਦਾ ਭਾਈ ਉਹਨਾਂ ਸਲਾਹ ਕਰ ਲਿਆ ਕਰੋ ਚੰਗਾ ਬੰਦਾ ਫਾਲਤੂ ਗੱਲ ਨਹੀਂ ਕਰਦਾ ਬਿਲਕੁਲ ਉਹਨੇ ਕੀ ਕੀਤਾ ਉਹਨੇ ਤਾਂ ਲੋਕਾਂ ਦੇ ਭਲੇ ਲਈ ਗੱਲ ਕੀਤੀ ਆ ਉਹਨੇ ਇਹ ਥੋੜ੍ਹਾ ਕੀ ਹੁਣ ਮੈਨੂੰ ਪਤਾ ਮੇਰੀ ਇੱਕ ਵਾਰੀ ਗੱਲ ਕਰਾਈ ਸੀ ਸੁਖੀ ਰੰਧਾਵੇ ਨੇ ਕੈਪਟਨ ਸਾਹਿਬ ਦੀ ਜਦੋਂ ਪਹਿਲੋਂ ਇਲੈਕਸ਼ਨ ਹੋਣ ਤੋਂ ਪਹਿਲੋਂ ਅੱਛਾ ਜੀ ਮੇਰਾ ਰੰਧਾਵਾ ਨਾਲ ਬਹੁਤ ਡੇਢ ਸੀ ਜਿਹੜਾ ਸੁਖਜਿੰਦਰ ਦੇ ਡੈਡੀ ਆ ਉਹ ਆਪਣੇ ਸਰਪੰਚ ਹੁੰਦੇ ਬੜੇ ਭਰਾ ਨੂੰ ਜੁਰਮਾਨਾ ਕਰਤੇ ਏਡੇ ਸੂਰ ਵਾਲੇ ਮਤਲਬ ਅੱਛਾ ਜੀ ਇੱਥੇ ਮੇਰੇ ਕੁੜੀ ਦੇ ਵਿਆਹ ਆਏ ਅਮਰੀਕਾ ਤੇ ਉਹਨਾਂ ਨੂੰ ਡਾਕਟਰ ਕਹਿੰਦੇ ਜਾਣਾ ਨੀ ਤੁਸੀਂ ਤੁਹਾਡੇ ਬ੍ਰੇਨ ਦਾ ਘਰਦੇ ਕਹਿੰਦੇ ਨਹੀਂ ਜਾਣਾ ਕਹਿੰਦੇ ਖਬਰਦਾਰ ਮੈਨੂੰ ਰੋਕਿਆ ਤਾਂ ਮੈਨੂੰ ਜਸਪਾਲ ਕੁੜੀ ਵਿਆਹ ਸੱਦਿਆ ਮੈਂ ਵੱਧ ਤੋਂ ਵੱਧ ਮਰੀ ਜਾਊਂ ਇੱਦਾਂ ਤਾਂ ਨਾ ਮੈਨੂੰ ਕੋਈ ਮੈਂ ਵਿਆਹ ਤੇ ਸੱਦਿਆ ਇੱਦਾਂ ਦੇ ਬੰਦੇ ਸੀ ਵਾਜੀ ਵਾ ਉੱਧਰ ਤੇ ਬੰਦੇ ਪੋਲੀਟੀਸ਼ੀਅਨ ਤੇ ਕਿਤੇ ਸਭ ਇੱਦਾਂ ਦੇ ਕਿੱਥੇ ਜਦੋਂ ਪ੍ਰੈਜ਼ੀਡੈਂਟ ਬਣਦੇ ਕਾਂਗਰਸ ਸਾਰੀ ਕੰਮ ਖੋਲਟ ਹੋ ਜਾਂਦੀ ਵੀ ਇਹਨੇ ਮਾਰੂਗੇ ਸਾਡੇ ਕਰਪਸ਼ਨ ਕਰ ਨਹੀਂ ਦੇਣੀ ਬਸ ਗੱਲ ਤਾਂ ਇਹ ਆ ਵੀ ਹੁਣ ਗੱਲ ਇਹ ਮਨ ਬੜਾ ਦੁਖੀ ਆ ਜਗਤਾਰ ਸਿੰਘ ਹੁਣ ਤੁਸੀਂ ਵੀ ਚੰਗੀ ਕਰਦੇ ਹੋ ਤੁਹਾਡੀ ਬੜਾ ਆਸਾਨ ਬਣ ਤੁਹਾਡੇ ਤੇ ਤੁਸੀਂ ਸੱਚੀ ਗੱਲ ਕਰਦੇ ਹੋ ਤੇ ਇਸ ਕਰਕੇ ਵੀ ਰਿਸਪੈਕਟ ਕਰ ਚੰਗੇ ਬੰਦੇ ਚੰਗੇ ਬੰਦੇ ਜੇ ਤਾਂ ਹੋਵੇ ਤਾਂ ਪੱਕੇ ਬੰਦੇ ਨੂੰ ਵੀ ਪਤਾ ਲੱਗਦਾ ਫਿਰ ਕੌਣ ਬੰਦਾ ਕੌਣ ਚੰਗਾ ਮਾੜਾ ਇਹ ਤਾਂ ਹੁਣ ਇਹ ਕੀ ਖਾਊਗਾ ਲੋਕਾਂ ਨੂੰ ਚਾਹੀਦਾ ਜੀ ਤੇ ਅੱਛਾ ਜਸਪਾਲ ਸਿੰਘ ਜੀ ਜਿਹੜੇ ਠੋਕਣ ਠੱਕਣ ਵਾਲੀ ਰਾਜਨੀਤੀ ਇਹ ਸਾਰੀਆਂ ਪਾਰਟੀਆਂ ਦੇ ਵਿੱਚ ਹੀ ਹੈਗੀ ਹੈ ਇਹ ਇਹ ਕਿਹੋ ਜਿਹੀ ਰਾਜਨੀਤੀ ਹੈ ਵੀ ਜਿਹੜਾ ਬੰਦਾ ਵੀ ਕੋਈ ਸੱਚੀ ਗੱਲ ਕਰਦਾ ਮੰਨ ਲਓ ਅਤੇ ਉਹਨੂੰ ਜਾਂ ਤਾਂ ਕੇਸ ਕੂਸ ਦਰਜ ਕਰ ਦਿੰਦੇ ਨੇ ਜਾਂ ਉਹਨੂੰ ਖੂੰਜੇ ਲੈਣ ਲਾ ਦਿੰਦੇ ਨੇ ਮੈਂ ਤਾਂ ਸਿੱਧਾ ਸਿੱਧਾ ਇੱਕ ਹਿਸਾਬ ਜਿਹਾ ਲਾਇਆ ਸੀ ਪੰਜਾਬ ਦੀ ਰਾਜਨੀਤੀ ਦਾ ਵੀ ਉਹ ਕਹਿੰਦੇ ਵੀ ਫਲਾਨੇ ਬੰਦਾ ਅੜ ਗਿਆ ਜੀ ਫਲਾਨਾ ਬੰਦਾ ਤਾਂ ਉਹ ਕਹਿੰਦੇ ਵੀ ਦੱਸੋ ਵੱਡਾ ਲੀਡਰ ਕਹਿੰਦਾ ਦੱਸੋ ਮੈਂ ਤਰਲਾ ਕਰਾਂ ਜਾਂ ਦੂਜੇ ਕਿਸੇ ਹੋਰ ਲੀਡਰ ਨੂੰ ਭੇਜੀਏ ਉਹ ਕਹਿੰਦੇ ਜੀ ਉਹਨੇ ਮੰਨਣਾ ਨਹੀਂ ਕਹਿੰਦੇ ਦੱਸੋ ਫਿਰ ਪੈਸੇ ਪੂਸੇ ਪੁੱਛੋ ਉਹਨੂੰ ਕਿੰਨੇ ਭਾਲਦਾ ਕਹਿੰਦੇ ਜੀ ਉਹਨੇ ਉਹ ਵੀ ਨਹੀਂ ਮੰਨਣਾ ਫਿਰ ਕਹਿੰਦੇ ਠੋਕ ਦਿਓ ਫਿਰ ਕੇਸ ਕਰ ਦਿਓ ਇਹ ਹਾਲ ਉੱਥੇ ਹੈਗਾ ਇਹਦਾ ਕੀ ਹੱਲ ਹੈ ਜੀ ਅਤੇ ਆਉਣ ਵਾਲੇ ਸਮੇਂ 'ਚ ਇਹ ਤੁਹਾਨੂੰ ਕੀ ਲੱਗਦਾ ਕਿ ਪੰਜਾਬ ਦਾ ਭਲਾ ਕਿਵੇਂ ਹੋ ਸਕਦਾ ਪੰਜਾਬ ਦਾ ਸੁਧਾਰ ਕਿਵੇਂ ਹੋ ਸਕਦਾ ਪੰਜਾਬ ਦਾ ਭਲਾ ਹੁਣ ਤਾਂ ਐਮ ਐਲ ਏ ਜਿਹੜੇ ਉਹਨਾਂ ਦੇ ਹੱਥ ਆ ਸਾਰਾ ਕੁਛ ਲੋਕਾਂ ਨੇ ਵੋਟਾਂ ਪਾ ਕੇ ਇਹਨਾਂ ਨੂੰ ਬਣਾ ਤਾ ਇਹਨਾਂ ਨੇ ਗਲਤ ਲਾਏ ਲਾਏ ਲੋਕਾਂ ਨੂੰ ਬੜੀਆਂ ਆਸਾਂ ਸੀ ਲੋਕ ਸਮਝਦੇ ਖੜਕੀ ਸਾਹਿਬ ਮਿਲ ਜਾਣਾ ਮੈਨੂੰ ਤਾਂ ਪਹਿਲੋਂ ਐਡਾ ਸੀਗਾ ਪਹਿਲਾਂ ਵੀ ਰਿਹਾ ਸੀ ਕੈਪਟਨ ਸਾਹਿਬ ਰਹੇ ਸੀ ਪਤਾ ਹੀ ਸੀਗਾ ਕੀ ਕਰਨਾ ਕੀ ਨਹੀਂ ਕਰਨਾ ਪਰ ਲੇਕਿਨ ਲੋਕ ਸਮਝਦੇ ਸੀ ਖਰੇ ਕੀ ਕਰਦੇ ਨੇ ਗੱਲ ਇਹ ਆ ਹੁਣ ਦੋ ਇੱਕ ਤਾਂ ਐਮ ਐਲ ਏ ਆਪਣੀ ਜ਼ਮੀਰ ਜਾਗਦੀ ਕਰ ਖੜ ਜਾਣ ਬਰਾਬਰ ਦੇ ਕਿਹਾ ਵੀ ਇਹ ਕਦ ਨੇ ਤੈਨੂੰ ਬਣਾਇਆ ਕਿਉਂਕਿ ਚੀਫ ਮਿਨਿਸਟਰ ਕਦ ਨੇ ਤੂੰ ਸਟੇਟ ਨੂੰ ਆਜ਼ਾਦ ਨਾ ਆਜ਼ਾਦ ਤੱਕ ਜਦ ਲੋਕਾਂ ਦੇ ਲੁੱਟਾਂ ਬਹੁਤ ਕੋਹਾਂ ਹੁੰਦੀਆਂ ਜੀ ਲੋਕਾਂ ਦਾ ਕਰਨ ਜਾਂ ਜੋਬ ਕੋਈ ਨਹੀਂ ਕੋਈ ਬਿਜ਼ਨਸ ਕੋਈ ਨਹੀਂ ਕੋਈ ਰਹਿਣ ਕਿੱਦਾਂ ਭੁੱਖਾ ਗਿਆ ਖਜ਼ਾਨੇ ਨੂੰ ਚਾਬੀ ਲਾ ਕੇ ਆਪਣੀ ਜੇਬਾਂ 'ਚ ਪਾ ਕੀ ਕਰਨਗੇ ਲੋਕ ਹੁਣ ਇੱਕੋ ਹੀ ਹੱਲ ਆ ਜਾਂ ਤਾਂ ਐਮ ਐਲ ਏ ਜਾਂ ਲੋਕ ਇਕੱਠੇ ਹੋਣ ਪਿੰਡਾਂ 'ਚ ਆਪਣੇ ਝਗੜੇ ਮੁਕਾਉਣ ਲੋਕ ਇਕੱਠੇ ਹੋ ਕੇ ਆਪਣੀ ਆਪਣੀ ਕੰਸਟੀਚੁਐਂਸੀ ਦੇ ਐਮ ਐਲ ਏ ਨੂੰ ਕਹਿਣ ਭਾਈ ਜਾਂ ਤਾਂ ਸਿੱਧੇ ਹੋ ਕੇ ਸਿੱਧਾ ਕੰਮ ਕਰ ਲਓ ਜਾਂ ਤਾਂ ਇਹਦੇ ਖਿਲਾਫ ਹੋ ਜਾਓ ਨਹੀਂ ਤਾਂ ਅਸੀਂ ਤੁਹਾਨੂੰ ਪਿੰਡਾਂ 'ਚ ਪਾਣੀ ਹਾਂ ਇਹੀ ਹੱਲ ਲੱਗਦਾ ਮੇਰੇ ਨਜ਼ਰ ਹੋਰ ਲੋਕਾਂ ਨੂੰ ਜਾਗਣਾ
लोग जागण पिंड अपने झगड़े मुकाउण ते इकट्ठे होण बस इहो ही गल मैनूं तां इदां दा लगदा होर पक्की तुसीं ज़्यादा समझदार हो ਵੀ ਕਰ ਲੋਕ ਵੀ ਬੁੱਧੀਜੀਵੀ ਆ ਉੱਥੇ ਬੜੇ ਚੰਗੇ ਚੰਗੇ ਬੰਦੇ ਹੈਗੇ ਆ ਵੀ ਬੰਦਿਆਂ ਦੀ ਨਹੀਂ ਹੈ ਅਤੇ ਗੱਲ ਮੇਰੀ ਸਮਝ ਦੇ ਮੁਤਾਬਕ ਲੋਕ ਜਾਗਣ ਜਾ ਕੇ ਆਪਣੇ ਆਪਣੇ ਐਮ ਐਲ ਏ ਉਹਨਾਂ ਨੂੰ ਕਹਿਣ ਭਾਈ ਸਿੱਧੇ ਹੋਇਓ ਜਾਂ ਮੁੜ ਬਸ ਸਿੱਧੀ ਗੱਲ ਅੱਛਾ ਤੁਹਾਡੀ ਗੱਲ ਕਦੇ ਹੋਈ ਹੋਵੇ ਡਾਕਟਰ ਮਨਮੋਹਨ ਸਿੰਘ ਹੋਣਾਂ ਨਾਲ ਭਾਰਤੀ ਰਾਜਨੀਤੀ ਬਾਰੇ ਵੀ ਕੀ ਪ੍ਰਾਈਮ ਮਿਨਿਸਟਰ ਦਾ ਚਿਹਰਾ ਕੋਈ ਹੋਊਗਾ ਕਾਂਗਰਸ ਕੋਲ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ 2024 ਦੇ ਵਿੱਚ ਜਾਂ ਡਾਵਾਡੋਲ ਹੈ ਅਜੇ ਕੋਈ ਮੇਰੀ ਇਸ ਟੌਪਿਕ 'ਤੇ ਗੱਲ ਉਹਨਾਂ ਹੁੰਦੀ ਆ ਪਰ ਦੇਖੋ ਉਹਨਾਂ ਕੋਲ ਜਵਾਬ ਕੋਈ ਐਡਾ ਮੈਨੂੰ ਨਹੀਂ ਮਿਲਿਆ ਜੀ ਠੀਕ ਹੈ ਜੀ ਮੈਂ ਕਿਤੇ ਹੱਸ ਉਹਨਾਂ ਕੋਲ ਬੈਠਿਆ ਜਿਵੇਂ ਮੈਨੂੰ ਗੱਲ ਹੋਈ ਉਹਨਾਂ ਨਾਲ ਜੁਲਾਈ ਆਪਣੇ 2020 ਫਰਵਰੀ ਮੇਰੀ ਗੱਲ ਹੋਈ ਮੈਂ ਘਰ ਉਹ ਕਹਿੰਦੇ ਹੁਣ ਤੁਸੀਂ ਆ ਜਾਓ ਇੱਕ ਮਿੰਟ ਤੁਹਾਡੀ ਗੱਲ ਕੱਟਦਾ ਜਿਹੜੀ ਆ ਪਿਕਚਰ ਤੁਹਾਡੀ ਫੈਮਿਲੀ ਦੀ ਹੈਗੀ ਤੁਹਾਡੇ ਵਾਈਫ ਨੇ ਡਾਕਟਰ ਮਨਮੋਹਨ ਸਿੰਘ ਜੀ ਦੇ ਵਾਈਫ ਨੇ ਆਪਣਾ ਗੁਰਪ੍ਰੀਤ ਦਿਖਾ ਦਿਓ ਅਤੇ ਉਹ ਉਦੋਂ ਦੀ 2020 ਦੀ ਹੈ ਜੀ ਜਦੋਂ ਤੁਸੀਂ ਫਰਵਰੀ 'ਚ ਗਏ ਸੀਗੇ ਨਹੀਂ ਫਰਵਰੀ 'ਚ ਮੈਂ ਇਕੱਲਾ ਗਿਆ ਸੀ ਅੱਛਾ ਜੀ ਇਹ ਪਹਿਲਾਂ ਦੀ ਹੈ ਇਹ ਪਹਿਲਾਂ ਦੋ ਵਾਰ ਮੈਂ ਤਾਂ ਮੇਰੀ ਵਾਈਫ ਗਏ ਹਾਂ ਪਹਿਲਾਂ ਅੱਛਾ ਜੀ ਅੱਛਾ ਠੀਕ ਹੈ ਉਹ ਇੱਕ 13 'ਚ ਗਏ ਇੱਕ ਵਾਰੀ 18 'ਚ ਗਏ ਹਾਂ ਜਿੰਨੀ ਵਾਰ ਜਾਂਦੇ ਮਿਲ ਕੇ ਤਾਂ ਵਧੀਆ ਨਾ ਉਹਨਾਂ ਨੂੰ ਪਹਿਲਾਂ ਸਾਡਾ ਪ੍ਰੋਗਰਾਮ ਪੜਿਆ ਜੀ ਹਾਂਜੀ ਤੁਸੀਂ ਇਹ ਗੱਲ ਕਰ ਰਹੇ ਸੀ ਮੈਂ ਤੁਸੀਂ ਉਹਨਾਂ ਨੂੰ ਹੱਸ ਕੇ ਕੁਛ ਕਿਹਾ ਮੈਂ ਫਰਵਰੀ ਵਿੱਚ ਗਿਆ ਉਹ ਜਿਹਨੇ ਮੈਨੂੰ ਕਿਹਾ ਨਾ ਤੁਸੀਂ ਆ ਜਾਓ ਮੈਂ ਫਿਰ ਪਿੱਕਾ ਇੱਥੇ ਹੈਗਾ ਟਿਕਟਾਂ ਵੇਚਦਾ ਉਹਨੂੰ ਪੁੱਛਿਆ ਮੈਂ ਕਿਹਾ ਟਿਕਟ ਦਾ ਮੈਂ ਕਿਹਾ ਅਗਲੇ ਵੀਕ ਆ ਰਿਹਾ ਕਿਤੇ ਬਹੁਤ ਸਰਪ੍ਰਾਈਜ਼ ਅਤੇ ਮੈਂ ਚਲਾ ਗਿਆ ਉੱਥੇ ਇੱਕ ਦਿਨ ਮੈਂ ਕਿਹਾ ਭਾਅ ਜੀ ਉੱਠੋ 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 ਕਿਤੇ ਕੀ ਗੱਲ ਮੈਂ ਕਿਹਾ ਉੱਠੋ ਮੈਂ ਕਿਹਾ ਫੜ ਕੇ ਜਿਹੜੇ ਪੋਲੀਟੀਸ਼ੀਅਨ ਅਤੇ ਉਹਨਾਂ ਟਿੱਚ ਲੱਤਾਂ ਮਾਰੋ ਉਹ ਹੱਸ ਬਿਨਾ ਹੁਣ ਹੱਸਣ ਬਿਨਾ ਹੱਥ ਦੇ ਵਿੱਚ ਹੱਸ ਬਿਨਾ ਹੋਵੇ ਉਹਨਾਂ ਕੋਲ ਉਹਨਾਂ ਦੀ ਘਰਵਾਲੀ ਕੋਲ ਬੈਠੀ ਕਹਿੰਦੀ ਭਾਅ ਜੀ ਤਾਂ ਕਿਸੇ ਨੂੰ ਹੋਏ ਨਹੀਂ ਕਿ ਸਾਰੀ ਉਮਰ ਕਹਿੰਦੇ ਲੱਤਾਂ ਹੈ ਕਹਿੰਦੇ ਕਿੱਦਾਂ ਮੈਂ ਹੱਸਦਾ ਸੀ ਉਹ ਤਾਂ ਮਤਲਬ ਉਹ ਤਾਂ ਉਹਨਾਂ ਕਰਤਾਰ ਸਿੰਘ ਗੱਲ ਕੀ ਦੱਸਾਂ ਮੈਂ ਉਹਨਾਂ ਦੀ ਉਹ ਤਾਂ ਇਨਸਾਨ ਕਹਿੰਦੇ ਫਰਿਸ਼ਤਾ ਇੱਦਾਂ ਦੇ ਇਨਸਾਨ ਤਾਂ ਪੈਦਾ ਨਹੀਂ ਬਿਲਕੁਲ ਜੀ ਅਤੇ ਮੈਂ ਅਖੀਰ ਦੇ ਵਿੱਚ ਜਾਣਨਾ ਚਾਹਾਂਗਾ ਤੁਸੀਂ ਕਾਫੀ ਉਪਰਾਲੇ ਕਰਦੇ ਰਹਿੰਦੇ ਹੋ ਜਿਹੜਾ ਦਿੱਲੀ ਕਿਸਾਨ ਮੋਰ ਦੇ ਵਿੱਚ ਇੰਟਰਨੈਟ ਬੰਦ ਹੋਇਆ ਸੀਗਾ ਉਹ ਵੀ ਤੁਸੀਂ ਤੁਹਾਡੇ ਉੱਥੇ ਮੇਅਰ ਨੇ ਜੀ ਬ੍ਰੈਡ ਸ਼ਰਮਨ ਨਹੀਂ ਨਹੀਂ ਸਾਡੇ ਕਾਂਗਰਸਮੈਨ ਹੈ ਬ੍ਰੈਡ ਸ਼ਰਮਨ ਕਾਂਗਰਸਮੈਨ ਠੀਕ ਹੈ ਕਾਂਗਰਸਮੈਨ ਆ ਉਹ ਫੋਰਨ ਅਫੇਅਰ ਕਮੇਟੀ ਦੇ ਚੇਅਰਮੈਨ ਵੀ ਆ ਉਹਦੇ ਹੱਥ 'ਚ ਪਾਵਰ ਹੈਗੀ ਆ ਉਹਨੇ ਤਾਂ ਤਲਬ ਕੀਤਾ ਆਪਣੇ ਐਮਬੈਸਡਰ ਨੂੰ ਤਾਂ ਉਹਨੇ ਫਿਰ ਇੰਡੀਆ ਗਵਰਨਮੈਂਟ ਨੂੰ ਟਵੀਟ ਕਰਕੇ ਕਿਹਾ ਵੀ ਆਹ ਜਿਹੜੀ ਆ ਕਿੱਥੇ ਆ ਤੇ ਉਹਦੇ ਕਰਕੇ ਉਹਨਾਂ ਨੂੰ ਇੰਟਰਨੈਟ ਖੋਲਣਾ ਪਿਆ ਤੇ ਹੁਣ ਤਾਂ ਮੈਂ ਉਹਨਾਂ ਨਾਲ ਗੱਲਾਂ ਕਰਦਾ ਰਹੀ ਨਾ ਹੁਣ ਜਦੋਂ ਆਉਂਦੇ ਆ ਇੱਥੇ ਵਾਸ਼ਿੰਗਟਨ ਡੀਸੀ ਜ਼ਿਆਦਾ ਹੁੰਦੇ ਆ ਅਤੇ ਕੋਈ ਵੀ ਕੰਮ ਕੀ ਸਾਡੇ ਬੰਦੇ ਦੀ ਡੈਥ ਹੋ ਗਈ ਤਾਂ ਮੈਨੂੰ ਕਿਸੇ ਨੇ ਕਿਹਾ ਹੁਣ 5 ਬੰਦਿਆਂ ਦਾ ਵੀਜ਼ਾ ਲੋਕ ਨਹੀਂ ਦਿੱਤਾ ਜੋ ਵੀ ਕੰਮ ਕਹਿੰਦੇ ਆ ਉਹ ਕੰਮ ਕਰਦਾ ਸਾਡੇ ਕੰਮ ਆਉਂਦਾ ਕਿਉਂਕਿ ਦੇ ਕੰਮ ਆਉਂਦਾ ਜੀ ਅਤੇ ਪਤਾ ਚੰਗਾ ਬੰਦਾ ਆ ਬਹੁਤ ਵਧੀਆ ਹਾਂਜੀ ਹਾਂਜੀ ਮੈਂ ਦੇਖਿਆ ਉਦੋਂ ਮਿਲੇ ਅਸੀਂ ਚਲੋ ਦਰਸ਼ਨ ਕਰਾਂਗੇ ਤੁਹਾਡੇ ਉੱਥੇ ਆ ਕੇ ਵੀ ਐਲੇ ਸ਼ਾਇਦ ਬਣੇਗਾ ਪ੍ਰੋਗਰਾਮ 2-3 ਵੀਕ ਤੱਕ ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਰਦਾਰ ਜਸਪਾਲ ਸਿੰਘ ਜੀ ਬਹੁਤ ਵਧੀਆ ਤੁਸੀਂ ਸਾਡੇ ਨਾਲ ਖੜ੍ਹਦੇ ਹੋ ਔਰ ਬਹੁਤ ਵਧੀਆ ਵਿਚਾਰ ਨੇ ਤੁਹਾਡੇ ਮਿਹਰਬਾਨੀ ਜਗਤਾਰ ਸਿੰਘ ਜੀ ਮੈਂ ਤਾਂ ਚੰਗੇ ਬੰਦੇ ਦਾ ਦਾਅਵੇਦਾਰ ਹਾਂ ਹਮੇਸ਼ਾ ਵਾਹ ਜੀ ਵਾਹ ਚਲੋ ਸਤਿ ਸ਼੍ਰੀ ਅਕਾਲ ਜੀ ਬਹੁਤ ਮਿਹਰਬਾਨੀ ਜੀ ਇਹ ਐਲੇ ਤੋਂ ਸਾਡੇ ਨਾਲ ਜੁੜੇ ਸੀ ਜਿਵੇਂ ਅਸੀਂ ਗੱਲ ਕਰਦੇ ਸੀ ਡਾਕਟਰ ਜਸਪਾਲ ਸਿੰਘ ਜੀ ਔਰ ਨਾਲ ਦੀ ਨਾਲ ਬੜਾ ਮਾਣ ਹੁੰਦਾ ਜੀ ਜਦੋਂ ਚੰਗੇ ਵਿਅਕਤੀਆਂ ਨਾਲ ਗੱਲ ਕਰਦੇ ਹਾਂ ਜਾਂ ਉਸ ਸਰਕਲ ਦੇ ਬੰਦਿਆਂ ਨਾਲ ਗੱਲ ਕਰਦੇ ਹਾਂ ਜਿਨ੍ਹਾਂ ਦਾ ਦੁਨੀਆਂ ਦੇ ਵਿੱਚ ਸਤਿਕਾਰ ਹੈਗਾ ਸੋ ਬਹੁਤ ਵਧੀਆ ਲੱਗਿਆ ਉਮੀਦ ਕਰਦਾ ਤੁਹਾਨੂੰ ਵੀ ਗੱਲ ਜਿਹੜੀ ਚੰਗੀ ਲੱਗੀ ਹੋਊਗੀ ਤਾਂ ਬ੍ਰੇਕ ਤੋਂ ਬਾਅਦ ਜਿਹੜਾ ਆਪਾਂ ਫਿਰ ਵਿਸ਼ਾ ਆਪਾਂ ਤੁਹਾਨੂੰ ਦੱਸੀ ਤਾਂ ਪੰਜਾਬ ਦੀ ਗੱਲ ਅੱਜ ਫਿਰ ਕਰ ਰਹੇ ਹਾਂ ਖਾਸ ਤੌਰ 'ਤੇ ਨਵਜੋਤ ਸਿੱਧੂ ਪ੍ਰਗਟ ਸਿੰਘ ਜਿਹੜੇ ਹੈਗੇ ਨੇ ਸਾਹਮਣੇ ਆਏ ਨੇ ਹੁਣ ਇਹਨਾਂ ਬਾਰੇ ਤੁਹਾਡੇ ਕੀ ਵਿਚਾਰ ਨੇ ਕੀ ਹੋਣਾ ਚਾਹੀਦਾ ਪੰਜਾਬ ਦਾ ਸੁਧਾਰ ਮੁੱਕਦੀ ਗੱਲ ਤਾਂ ਇਹ ਹੈ ਵੀ ਕਿਵੇਂ ਹੋ ਸਕਦਾ ਕਿਉਂਕਿ ਅਕਾਲੀ ਦਲ ਵੀ ਆਪਾਂ ਨੂੰ ਪਤਾ ਲੱਗ ਗਿਆ ਆਮ ਆਦਮੀ ਪਾਰਟੀ ਦਾ ਸ਼ਾਇਦ ਕੁਛ ਨਾ ਕੁਛ ਹੋ ਜਾਏ ਅਤੇ ਉਹਦੇ 'ਚ ਵੀ ਬੰਦੇ ਚੰਗੇ ਹੈਗੇ ਨੇ ਬੰਦੇ ਅਕਾਲੀ ਦਲ ਦੇ ਵਿੱਚ ਵੀ ਚੰਗੇ ਹੈਗੇ ਨੇ ਬੰਦੇ ਕਾਂਗਰਸ ਦੇ ਵਿੱਚ ਵੀ ਚੰਗੇ ਹੈਗੇ ਨੇ ਜਾਂ ਤਾਂ ਇਹ ਹੋ ਸਕਦਾ ਵੀ ਸਾਰੇ ਚੰਗੇ ਚੰਗੇ ਜਿਹੇ ਇਕੱਠੇ ਹੋ ਜਾਣ ਪਰ ਇਕੱਠੇ ਹੁੰਦੇ ਨਹੀਂ ਇਹ ਪੰਗਾ ਤਾਂ ਇਹੀ ਆ ਪੰਜਾਬੀਆਂ ਦਾ ਕੀ ਹੋ ਸਕਦਾ ਕੀ ਨਹੀਂ ਹੋ ਸਕਦਾ ਬ੍ਰੇਕ ਤੋਂ ਬਾਅਦ ਗੱਲ ਕਰਾਂਗੇ ਦੇਖਦੇ ਰਹੋ ਜਸ ਪੰਜਾਬੀ ਹਾਜ਼ਰ ਹਾਂ ਜੀ ਇੱਕ ਵਾਰ ਫਿਰ ਅਤੇ ਨਾਲ ਦੀ ਨਾਲ ਕਾਲਾਂ ਵਾਲੇ ਪਾਸੇ ਆਪਾਂ ਚੱਲਾਂਗੇ ਤੁਹਾਡੇ ਵਿਚਾਰ ਸੁਣਾਂਗੇ ਇਸ ਤੋਂ ਪਹਿਲਾਂ ਡਾਕਟਰ ਜਸਪਾਲ ਸਿੰਘ ਜਿਹੜੇ ਸਾਡੇ ਨਾਲ ਐਲਏ ਤੋਂ ਜੁੜੇ ਸੀਗੇ ਉਹਨਾਂ ਨੇ ਵਿਚਾਰ ਪੇਸ਼ ਕੀਤੇ ਅਤੇ ਹੁਣ ਤੁਹਾਡੇ ਵਿਚਾਰਾਂ ਦੀ ਵਾਰੀ ਹੈ ਜੀ ਕਾਲਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਜੀ ਡਾਕਟਰ ਬਾਜਵਾ ਸਾਹਿਬ ਰਸ਼ਪਾਲ ਸਿੰਘ ਬਾਜਵਾ ਸਾਹਿਬ ਸ਼ਿਕਾਗੋ ਤੋਂ ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ ਸਵਾਗਤ ਹੈ ਜੀ ਸਵਾਗਤ ਹੈ ਜੀ ਬਹੁਤ ਬਹੁਤ ਹਾਂ ਮੈਂ ਬਹੁਤ ਲਾਈਕ ਕੀਤਾ ਤੁਹਾਡੇ ਗੈਸਟ ਨੂੰ ਡਾਕਟਰ ਜਸਪਾਲ ਸਿੰਘ ਸੈਨੀਅਰ ਨੂੰ ਜੀ
उन्होंने बड़ी सीधी ते स्पष्ट गल कीती है जी। ये मेरे मन दी गल है, असीं इहो जिहे विचार हुण लोक करन लग गए चंगी गल है जी। और खास करके आ जिहड़ी हुण कुछ बन रहा कांग्रेस दे विच, सुखजिंदर रंधावा, प्रगट सिंह ते सुखी, ये अपना जिहड़ा सुखजिंदर सिंह रंधावा है बहुत चंगा इंसान है, ये बड़ा नेक ये जुरत वाला बड़े अच्छे इंसान सी, बहुत नेक इंसान सी, पर बाकी चीज है मतलब ਜਦੋਂ ਇਹ 70-80 ਸਾਲ ਦੇ ਅਸੀਂ ਹੋ ਜਾਂਦੇ ਹਾਂ, ਜਦੋਂ ਇਹ ਯੰਗ ਲੀਡਰ ਹੈ, ਇਹਨਾਂ ਵਿਚਾਰਿਆਂ ਦਾ ਟਾਈਮ ਕਿੱਦਣ ਆਊਗਾ, ਇਹਨਾਂ ਕੋਲ ਬਹੁਤ ਕੁਛ ਨਵਾਂ ਹੁੰਦਾ, ਇਹਨਾਂ ਦੀ ਸੋਚ ਨਵੀਂ ਹੁੰਦੀ ਹੈ, ਇਹਨਾਂ ਨਾਲ ਦੇ ਉਮਰ ਦੇ ਲੋਕ ਹੁੰਦੇ ਆ ਜਿਹਨਾਂ ਵਿੱਚ ਇਹ ਵਿਚਰਦੇ ਆ। ਹੁਣ ਇਹ ਬਾਦਲ ਸਾਹਿਬ ਤੇ ਆਪਣੇ ਅਮਰਿੰਦਰ ਸਾਹਿਬ ਬੜੇ ਬੜੀ ਮਿਨਿਸਟਰੀਆਂ ਕਰ ਲਈਆਂ, ਬਹੁਤ ਕੁਛ ਕਰ ਲਿਆ, ਇਹਨਾਂ ਦਾ ਹੁਣ ਟਾਈਮ ਮੇਰੇ ਹਿਸਾਬ ਚ ਇਹਨਾਂ ਦਾ ਹੈ ਨੀ, ਇਹ ਆਪਣੀ ਇੱਜ਼ਤ ਬਚਾ ਕੇ ਇਹ ਵੈਸੇ ਪਾਰਟੀ ਚੇਂਜ ਮੰਗ ਲੈਣ, ਔਰ ਗਾਂਹ ਤੋਂ ਇਹਨਾਂ ਨੂੰ ਕੋਈ ਮਾਹੌਲ ਬਣਦਾ ਜਾਂਦਾ ਕੁਛ, ਚੰਗੇ ਚੰਗੇ ਬੰਦੇ ਸਾਰੇ ਕਿਤੇ ਇਕੱਠੇ ਹੋ ਜਾਣ, ਕੋਈ ਇੱਕ ਲੀਡਰ ਚੰਗਾ ਮਿਲ ਜੇ ਤਾਂ ਕੁਛ ਨਾ ਕੁਛ ਬਣ ਸਕਦਾ ਪੰਜਾਬ ਦਾ। ਬਿਲਕੁਲ ਹੋਏਗਾ ਜੀ, ਇਹ ਜਿਹੜੀ ਐਤਕਾਂ ਇਲੈਕਸ਼ਨ ਹੈ 22 ਵਾਲੀ, ਇਹ ਆਮ ਇਲੈਕਸ਼ਨਾਂ ਨਾਲੋਂ ਬਹੁਤ ਡਿਫਰੈਂਟ ਹੋਏਗੀ, ਇਹ ਮੇਰਾ ਮਨ ਵੀ ਕਹਿ ਰਿਹਾ ਔਰ ਕੁਛ ਹੋਰ ਲੋਕ ਵੀ ਇਹ ਜੇ ਵਿਚਾਰ ਦੇ ਰਹੇ ਹੈ। ਵਾਹ ਜੀ ਵਾਹ ਜੀ, ਬਿਲਕੁਲ ਹੋਣੀ ਚਾਹੀਦੀ ਹੈ ਜੀ। ਹਾਂਜੀ ਹਾਂਜੀ, ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ ਬਾਜਵਾ ਸਾਹਿਬ। ਹੈਲੋ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਨਰ ਹੋ, ਸਰਦਾਰ ਗੁਰਦੀਪ ਸਿੰਘ ਜੀ ਸੰਦਰ ਸਾਹਿਬ। ਹਾਂਜੀ ਜੰਗੀ ਸਾਹਿਬ, ਮੇਰੇ 5-6 ਪੁਆਇੰਟ ਨੋਟ ਕੀਤੇ ਆ, ਜ਼ਰੂਰੀ ਨਹੀਂ ਕਿ ਸਾਰੇ ਉਹ ਨਾਲ ਸਹਿਮਤ ਹੋਣ ਜੀ। ਪਹਿਲੀ ਗੱਲ ਤੇ ਜਿਹੜੀਆਂ ਇਲੈਕਸ਼ਨ ਹੋਣੀ, ਜੋ ਟੁੱਟ ਭੱਜਾ ਹੋ ਰਹੀ ਹੈ, ਉਹ ਤੋਂ ਸਾਫ਼ ਮੈਨੂੰ ਇਹ ਨਜ਼ਰ ਆਉਂਦਾ ਵੀ ਬਹੁਮਤ ਕਿਸੇ ਨੂੰ ਨਹੀਂ ਮਿਲਣਾ। ਅੱਛਾ ਜੀ, ਕਿਸਾਨ ਵੀ ਵੋਟਾਂ ਵੇਲੇ ਵੰਡੇ ਜਾਣੇ ਨੇ, ਇਹਨਾਂ ਕੋਲ ਸਮਾਂ ਹੀ ਨਹੀਂ ਬਚਣਾ ਆਪਣਾ ਲੀਡਰ ਪਾਰਟੀ ਬਣਾਉਣ ਦਾ। ਦੂਜਾ ਪੁਆਇੰਟ ਹੈ, ਦਲਿਤ ਥੋੜੇ ਬਹੁਤ ਵੰਡੇ ਜਾਣਗੇ ਪਰ ਸਾਰੇ ਨਹੀਂ, ਦਲਿਤ ਪੱਤਾ ਪੰਜਾਬ 'ਚ ਨਹੀਂ ਚੱਲਣਾ। ਅੱਛਾ ਜੀ। ਤੀਜਾ, ਅਕਾਲੀ ਤੇ ਕੈਪਟਨ ਕਾਂਗਰਸ ਬਿਲਕੁਲ ਸਾਫ਼ ਹੋ ਜਾਵੇਗੀ। ਕੈਪਟਨ ਦੀ ਜਿਹੜੀ ਕਾਂਗਰਸ ਆ ਉਹ ਤੇ ਅਕਾਲੀ, ਸਿੱਧੂ ਦਾ ਤਾਂ ਅਜੇ ਪਤਾ ਨਹੀਂ ਬਣੇਗੀ ਕਿ ਨਹੀਂ ਪਾਰਟੀ ਕੀ ਹੋਏਗਾ। ਆਪ ਪਾਰਟੀ ਵੀ ਕਾਫੀ MLA ਬਣਨਗੇ, ਸਿੱਧੂ ਤੇ ਬਾਜਵਾ ਜੀ ਦਾ ਵੀ ਮੁੱਖ ਮੰਤਰੀ ਲਈ ਰੱਫੜ ਪਵੇਗਾ, ਫਿਰ ਪਤਾ ਨੀ ਕੀ ਹੋਏਗਾ ਕਿਉਂਕਿ ਉਹ ਵੀ ਬਹੁਤ ਪੁਰਾਣਾ ਲੀਡਰ ਹੈ। ਇਹਨਾਂ ਚੋਣਾਂ ਦਾ ਪੰਜਾਬ 'ਚ ਕੋਈ ਫਾਇਦਾ ਨੀ ਹੋਣਾ, ਬਹੁਮਤ ਕਿਸੇ ਨੂੰ ਨੀ ਮਿਲਣਾ, ਹੋ ਸਕਦਾ ਕੁਦਰਤੀ ਰਾਜ ਲੱਗ ਜਾਏ। ਗੱਲ ਤਾਂ ਸੰਦਰ ਸਾਹਿਬ ਉੱਥੇ ਆ ਗਈ ਕਿ ਚਲੋ ਬਹੁਮਤ ਮਿਲੇ ਨਾ ਮਿਲੇ, ਪੰਜਾਬ ਨੂੰ ਕੀ ਮਿਲੂ? ਕੁਛ ਵੀ ਨੀ ਮਿਲਣਾ, ਕੋਈ ਫਾਇਦਾ ਹੀ ਨੀ ਹੋਣਾ ਕਿਉਂਕਿ ਇੰਨੀਆਂ ਪਾਰਟੀਆਂ ਬਣ ਜਾਣੀਆਂ ਕਿ ਉੱਥੇ ਚੱਲਣੀ ਕਿਸੇ ਦੀ ਨੀ। ਜਿਹੜਾ ਵੀ ਮੁੱਖ ਮੰਤਰੀ ਬਣ ਗਿਆ ਉਹਦੇ MLA ਤਾਂ ਉਹੀ ਮੁੜ ਘਿੜ ਕੇ ਜਿਹੜੇ ਉਹ ਸਾਰੇ ਹੀ ਪਹਿਲਾਂ ਦੇ ਸਾਰੇ ਅਜਮਾਏ ਹੋਏ ਆ, ਉਹੀ ਬਣਨੇ ਆ, ਜਾਂ 2-4 ਜਿਹੜੇ ਆਪਣੇ ਹਾਕੀ ਦੇ ਕੈਪਟਨ ਸਾਹਿਬ ਰਹੇ ਆ, ਜਾਂ ਹੋਰ 2-4 ਹੀ ਬੰਦੇ ਆ ਚੰਗੇ, ਬਾਕੀ ਹੈ ਕੌਣ ਚੰਗਾ? ਸਾਰੀਆਂ ਪਾਰਟੀਆਂ ਦੇ ਵਿੱਚ ਹੈਗੇ ਨੇ ਬੰਦੇ ਚੰਗੇ, ਮੌਕਾ ਨਹੀਂ ਮਿਲਦਾ। ਈਵਨ ਮੈਂ ਮਨਪ੍ਰੀਤ ਬਾਦਲ ਦੇ ਨਾਲ ਕਾਫੀ ਵਿਚਰਨ ਦਾ ਮੌਕਾ ਮਿਲਿਆ, ਉਹਦੀ ਸੋਚ ਪੰਜਾਬ ਪ੍ਰਤੀ ਬਹੁਤ ਵਧੀਆ, ਪਰ ਜਿਉਂ ਹੀ ਕਾਂਗਰਸ ਦੇ ਵਿੱਚ ਉਹ ਗਏ ਨੇ ਤੋਂ ਉਦੋਂ ਜਮੇ ਸੁਣ ਹੋ ਕੇ ਰਹਿ ਗਏ। ਹਾਂ, ਫਿਰ ਦੱਸੋ ਨਾ ਫਿਰ ਕਿੱਥੇ ਚੰਗੇ ਆ? ਚੰਗੇ ਹੈਗੇ ਆ, ਪਰ ਉਹ ਨਾਲ ਜਦੋਂ ਗੰਦੇ ਰਲ ਜਾਂਦੇ ਨਾ, ਫਿਰ ਉਹ ਆਪਣੇ ਨਾਲ ਗੰਦ ਲੈ ਆਉਂਦੇ, ਉਹਨਾਂ ਨੂੰ ਖਾ ਲੈਂਦੇ ਆ। ਬਹੁਤ ਵਧੀਆ, ਹਾਂ, ਕੋਈ ਫਾਇਦਾ ਨਹੀਂ ਹੋਣਾ ਹੈ ਨਾ ਵੋਟਾਂ 'ਚ, ਕੋਈ ਫਾਇਦਾ ਨਹੀਂ। ਬਹੁਤ ਵਧੀਆ ਵਿਚਾਰ ਨੇ ਜੀ ਤੁਹਾਡੇ, ਬਹੁਤ ਮਿਹਰਬਾਨੀ ਜੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਰਹੋ। ਸਤਿ ਸ਼੍ਰੀ ਅਕਾਲ ਜਗਤਾਰ ਸਿੰਘ ਜੀ, ਮਨਜੀਤ ਸਿੰਘ ਜੀ। ਹਾਂਜੀ ਹਾਂ ਜੀ, ਤੁਸੀਂ ਜੋ ਆ ਨਾ ਗੱਲ ਸਹੀ ਕਰ ਰਹੇ ਆ ਜੀ, ਜਿਹੜੇ ਚੰਗੇ ਬੰਦੇ ਵਿਚਾਰੇ ਉਹਨਾਂ ਨੂੰ ਨਾ ਅੱਗੇ ਨਹੀਂ ਆਉਣੇ ਜੀ। ਹਾਂਜੀ, ਉਹ ਚਾਹੇ ਉਹ ਛੋਟੇ ਲੈਵਲ ਤੇ, ਚਾਹੇ ਉਹ ਪੁਲਿਸ ਆਫਿਸਰ ਹੋਣ, ਚਾਹੇ DSP ਹੋਣ, SSP ਹੋਣ, ਜਾਂ ਕੁਛ ਵੀ ਹੋਣ। ਈਵਨ DC ਜਿਹੜੇ ਨੇ, DC ਬਹੁਤ ਵਧੀਆ ਪੰਜਾਬ ਨੂੰ ਮਿਲੇ ਸੀ 2-3, ਉਹ ਟਿਕਣ ਹੀ ਨਹੀਂ ਦਿੱਤੇ। ਇੱਕ ਕ੍ਰਿਸ਼ਨ ਕੁਮਾਰ ਸੀ, ਇੱਕ ਕਾਹਨ ਸਿੰਘ ਪੰਨੂ ਸੀ, ਹੋਰ ਬੜੇ ਵਧੀਆ DC ਸੀ ਪੰਜਾਬ, ਜਿਨ੍ਹਾਂ ਨੇ ਆਪਣੇ ਜ਼ਿਲ੍ਹੇ 'ਚ ਬਹੁਤ ਸੁਧਾਰ ਕੀਤਾ, ਉਹਨੂੰ ਟਿਕਣ ਹੀ ਨਹੀਂ ਦਿੰਦੇ ਲੀਡਰ। ਹਾਂਜੀ, ਮੇਰੇ ਬਹੁਤ ਕਾਫੀ ਕਲੋਜ਼ ਦੋਸਤ ਆ, ਤੂੰ ਨਾਲਾ ਦੇਖੋ ਕਈ ਵਾਰ ਉਹ ਬੰਦੇ ਇੰਨੇ ਕਲੋਜ਼ ਆ, ਯਾਨੀ ਕਿ ਉਹਨਾਂ ਨੂੰ ਮੈਂ ਪੁੱਛਦਾ ਹੁੰਦਾ ਵੀ
ਰਿਟਾਇਰਮੈਂਟ ਤੋਂ ਪਹਿਲਾਂ ਹੀ ਆਪਣੀ ਰਿਟਾਇਰਮੈਂਟ ਕਰਾ ਦਿੰਦੇ ਗਾ ਕੀ ਗੱਲ ਹੋਈ ਕਹਿੰਦੇ ਕੀ ਕਰੀਏ ਇਮਾਨਦਾਰੀ ਨਾਲ ਸਾਨੂੰ ਕੰਮ ਹੀ ਨਹੀਂ ਕਰਨ ਦਿੰਦੇ ਹੁਣ ਮਨਪ੍ਰੀਤ ਬਾਦਲ ਦੀ ਜੇ ਗੱਲ ਮੈਂ ਕੀਤੀ ਆ ਤਾਂ ਉਹਨੂੰ ਵਿਚਾਰੇ ਨੂੰ ਪਹਿਲਾਂ ਤਾਂ ਉਹ 16 ਸਾਲ ਮਿਨਿਸਟਰ ਰਿਹਾ MLA ਤੋਂ ਰੱਖਿਆ ਹੀ ਨਹੀਂ ਵਜ਼ਾਰਤ ਦੇ ਵਿੱਚ ਜਦੋਂ ਆਇਆ ਵਜ਼ਾਰਤ ਦੇ ਵਿੱਚ ਉਹਨੂੰ ਫਾਈਨੈਂਸ ਮਿਨਿਸਟਰ ਬਣਾਇਆ ਉਹਨੂੰ 4 ਸਾਲ 5 ਸਾਲ ਤਾਂ ਛੱਡੋ 4 ਸਾਲ ਨਹੀਂ ਉਹਦੇ ਪੂਰੇ ਹੋਏ ਉਹਨੇ ਫਿਰ ਹੁਣ ਕਿਹਾ ਵੀ ਭਾਈ 5 ਸਾਲ ਤਾਂ ਪੂਰੇ ਕਰੀਏ ਮਾੜੇ ਜਿਹਾ ਬੱਚਾ ਚੋਪੀ ਭਲੀ ਆ ਆਮ ਆਦਮੀ ਪਾਰਟੀ ਨੇ ਮੋਰਚਾ ਮਾਰ ਜਾਣਾ ਸੀਗਾ ਮੇਰੀ ਭਗਵੰਤ ਨਾਲ ਮੈਂ ਗਿਆ ਵੀ ਹਾਂ ਮੈਂ ਉਹਨਾਂ ਦੇ ਨਾਲ ਨੂੰ ਉੱਥੇ ਥੋੜ੍ਹਾ ਜਿਹਾ ਅਤੇ ਉਹਦਾ ਕਾਰਨ ਇਹ ਹੋਇਆ ਕਿ CM ਦਾ ਕਾਇੰਡ ਡਿਕਲੇਅਰ ਨਹੀਂ ਕੀਤਾ ਦੂਜਾ ਓਵਰ ਕੌਨਫੀਡੈਂਸ 'ਚ ਆ ਗਈ ਸੀਗੀ ਜੀ ਆਮ ਆਦਮੀ ਪਾਰਟੀ ਹਾਂਜੀ ਫਿਰ ਇਹਦੀ ਰਾਤੋਂ ਰਾਤ ਮੀਟਿੰਗ ਕਰਕੇ ਆਪਸ ਵਿੱਚ ਦੋਨਾਂ ਪਾਰਟੀਆਂ ਨੇ ਸਹਿਮਤੀ ਕਰ ਲਈ ਜਿੱਦਾਂ ਦੋਨੇ ਚੱਲਦੇ ਆ ਇਹ ਸਹਿਮਤੀ ਇਹਦੀ ਚਲੋ ਮੈਂ ਮਾੜੀ ਜਿਹੀ ਗੱਲ ਤੁਹਾਡੀ ਕੱਟਦਾ ਸਹਿਮਤੀ ਇੱਥੋਂ ਤੱਕ ਹੋ ਗਈ ਸੀ ਸਾਡੇ ਦੋਨਾਂ ਪਾਰਟੀਆਂ ਦੇ ਵਿੱਚ ਹੀ ਰਿਸ਼ਤੇਦਾਰ ਭੈਣ ਭਰਾ ਹੈਗੇ ਨੇ ਦੋਸਤ ਮਿੱਤਰ ਹੈਗੇ ਨੇ ਉਹ ਕਹਿੰਦੇ ਜੀ ਸਾਨੂੰ ਦੋਹਾਂ ਪਾਰਟੀਆਂ ਨੂੰ ਪ੍ਰਧਾਨਾਂ ਦੇ ਮੈਸੇਜ ਆ ਗਏ ਸੀ ਟੈਕਸਟ ਮੈਸੇਜ ਵਰਕਰਾਂ ਨੂੰ ਵੀ ਜੇ ਆਪਣਾ ਕੈਂਡੀਡੇਟ ਜਿੱਦਾਂ ਦਿਸਦਾ ਠੀਕ ਹੈ ਨਹੀਂ ਤਾਂ ਦੂਜੇ ਅਕਾਲੀ ਦਲ ਵਾਲੇ ਕਹਿੰਦੇ ਕਾਂਗਰਸ ਨੂੰ ਵੋਟ ਪਾ ਦਿਓ ਜੇ ਕਾਂਗਰਸ ਵਾਲੇ ਜਿੱਦਾਂ ਇਹਦਾ ਜੇ ਕਾਂਗਰਸ ਵਾਲੇ ਕਹਿੰਦੇ ਅਕਾਲੀ ਦਲ ਨੂੰ ਵੋਟ ਪਾ ਦਿਓ ਹਾਂਜੀ ਹਾਂਜੀ ਉਹ ਇੱਥੇ ਹੋਇਆ ਇੱਕਦਮ ਹੀ ਉਹ ਹੋਏ ਨਾ ਕੀ ਹੋਇਆ ਵੀ ਦੇਖਿਆ ਹੁਣ ਅਕਾਲੀ ਦਲ ਹੈ ਜਾਂ ਸਾਡੇ ਸਾਰੇ ਹਾਰ ਰਹੇ ਆ ਉਹਨੇ ਚੱਕ ਕੇ ਕਾਂਗਰਸ ਨੂੰ ਵੋਟਾਂ ਪਾ ਦਿੱਤੀਆਂ ਚਲੋ ਜੀ ਜਿਹੜਾ ਸਾਰਾ ਟੀਚੀ ਲੈ ਕੇ ਪੈ ਗਈ ਹੁਣ ਮੁੜ ਕੇ ਕਹਿੰਦੇ ਆ ਪੰਜਾਬ ਵਾਲਾ ਸੁਧਾਰ ਸੁਧਾਰ ਤੁਹਾਡਾ ਕਿੱਦਾਂ ਹੋਊਗਾ ਹੁਣ ਜੇ ਉੱਥੇ ਦੀ ਜਨਤਾ ਕਿਸੇ ਪਾਸੇ ਉਹ ਆਪਣੇ ਲੱਗੇ ਤਾਂ ਹੀ ਆ ਜੀ 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 ਬਹੁਤ ਮਿਹਰਬਾਨੀ ਉੱਥੇ ਪੜਤਾ ਦਾ ਬਹੁਤ ਆ ਤੁਹਾਨੂੰ ਪਤਾ ਹੀ ਆਪਣੇ ਪੰਜਾਬ ਚ ਇਹ ਬੜਾ ਚੱਕਰ ਹੈ ਬਿਲਕੁਲ ਜੀ ਬਿਲਕੁਲ ਹਜੇ ਵੀ ਬਹੁਤ ਸਾਰੇ ਪਿੰਡਾਂ ਦੇ ਵਿੱਚ ਸਰਪੰਚ ਦੇ ਕਹੇ ਵੋਟ ਪੈਂਦੀ ਆ ਕਿਉਂਕਿ ਸਰਪੰਚ ਬਿਲਕੁਲ ਬਿਲਕੁਲ ਬਹੁਤ ਮਿਹਰਬਾਨੀ ਜੀ ਬਹੁਤ ਮਿਹਰਬਾਨੀ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਉਣੇ ਰਹੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਜੀ ਸਰ ਕੌਣ ਮੈਂ ਸਰ ਇਹ ਕਹਿਣਾ ਸੀ ਹਾਂਜੀ ਇਹ ਕਹਿਣਾ ਸੀ ਕਿ ਜਿਸ ਤਰ੍ਹਾਂ PM ਦੇ ਇਲੈਕਸ਼ਨ ਦੇ ਵਿੱਚ ਉਹਨੇ ਉਸ ਟਾਈਮ ਵਾਅਦੇ ਕੀਤੇ ਸੀ ਕਿ ਮੈਂ 2 ਲੱਖ ਰੁਪਇਆ ਹਰ ਬੰਦੇ ਨੂੰ ਦੇਵਾਂਗਾ ਉਹਦੀ ਅਕਾਊਂਟ 'ਚ ਪਾਵਾਂਗਾ 15 ਲੱਖ ਜੀ 15 ਲੱਖ ਹਾਂਜੀ 15 ਲੱਖ ਹਾਂਜੀ ਤੇ ਦੂਸਰੀ ਫਿਰ ਗੱਲ ਜਿਹੜੇ ਬੰਗਾਲ ਇਲੈਕਸ਼ਨ ਹੋਈ ਸੀ ਤੇ ਬੰਗਲਾਦੇਸ਼ ਸਪੈਸ਼ਲ ਵਿਜ਼ਿਟ ਕਰਨ ਗਏ ਸੀ ਕਿ ਬੰਗਾਲੀ ਜਿਹੜੇ ਇਮੀਗ੍ਰੈਂਟਸ ਹੈਗੇ ਆ ਉੱਥੇ ਬੰਗਲਾਦੇਸ਼ ਉੱਥੇ ਬੰਗਾਲ 'ਚ ਰਹਿੰਦੇ ਉਹਨਾਂ ਦੀ ਵੋਟਾਂ ਵਾਸਤੇ ਇਹ ਸਾਰੇ ਛੁਰਲੇ ਮਾਰ ਰਹੇ ਇਹਨਾਂ ਨੇ ਕੁਛ ਨੀ ਕਰਨਾ ਜਿਸ ਤਰ੍ਹਾਂ ਹੁਣ ਦਲਿਤ ਦੀ ਗੱਲ ਕਰ ਰਹੇ ਦਲਿਤ ਪਹਿਲਾਂ ਸਾਡੇ ਆਪਣੀ ਕੌਮ ਦੇ ਸਿੱਖ ਧਰਮ ਦੇ ਵਿੱਚ ਸਾਰੀ ਜਾਤਾਂ ਬਰਾਬਰ ਹੈਗੇ ਸਾਡੇ ਵਿੱਚ ਨਹੀਂ ਹੁੰਦਾ ਤੇ ਦਲਿਤ ਦੀ ਗੱਲ ਕਹਿਣਾ ਹੀ ਗਲਤ ਹੈਗਾ ਤੇ ਜਿਹੜੀ ਇਹਨਾਂ ਦੀ ਹੁਣ ਚਾਲ ਚੱਲ ਰਹੀ ਹੈ ਕਿ ਉਹਨਾਂ ਨੂੰ ਕਹਿ ਰਹੇ ਜੀ ਕਿ ਉਹਨਾਂ ਨੂੰ ਚੀਫ ਮਿਨਿਸਟਰ ਬਣਾਵਾਂਗੇ ਤੇ ਉਧਰੋਂ ਆਪਣੇ ਬਾਦਲ ਜੀ ਕਹਿ ਰਹੇ ਆ ਕਿ ਮੈਂ ਡਿਪਟੀ ਚੀਫ ਬਣਾਉਣਾ ਬਣਾਵਾਂਗਾ ਇਹ ਸਾਰੀਆਂ ਇਹਨਾਂ ਦੀਆਂ ਕੁਝ ਚਾਲਾਂ ਹੈ ਇਹਨਾਂ ਨੂੰ ਹੁਣ ਡੈਸਪਰੇਟ ਹੈਗੇ ਇਹਨੇ ਇਹਨਾਂ ਨੂੰ ਪਤਾ ਹੈ ਕਿ ਪੰਜਾਬ ਵਾਲਿਆਂ ਨੇ ਹੁਣ ਇਹਨਾਂ ਨੂੰ ਮੂੰਹ ਨੀ ਲਾਉਣਾ ਕਿ ਜਿਸ ਤਰ੍ਹਾਂ ਕਿਸਾਨਾਂ ਦੇ ਨਾਲ ਇਹਨਾਂ ਨੇ ਪੰਗਾ ਲਿਆ ਹੈ ਬਿਲਕੁਲ ਜੀ ਤੇ ਜਿਹੜੇ ਗਲਤ ਕੰਮ ਕੀਤੇ ਇਹ ਕਿਸੇ ਤਰੀਕੇ ਨਾਲ ਇਹ ਨਿਖੇੜਨਾ ਚਾਹੁੰਦੇ ਆ ਪਰ ਪੰਜਾਬੀ ਹੁਣ ਉਹ ਇੰਨੇ ਭੁੱਲੇ ਨਹੀਂ ਰਹੇ ਹੁਣ ਸਾਰੇ ਸਿਆਣੇ ਹੋ ਗਏ ਆ 32% ਵੋਟ ਹੈਗੀ ਆ ਜੀ ਪੰਜਾਬ ਦੇ ਵਿੱਚ 32% ਵੋਟ ਬਹੁਤ ਜ਼ਿਆਦਾ ਹੁੰਦੀ ਹੈ ਮਤਲਬ 25% ਵੀ ਜਿਹਦੇ ਹੱਕ 'ਚ ਭੁਗਤਦੀ ਤਾਂ ਉਹ ਫਾਇਦਾ ਉਹਨਾਂ ਨੂੰ ਹੋ ਸਕਦਾ ਬਹੁਤ ਮਿਹਰਬਾਨੀ ਜੀ ਕਾਲ ਕਰਨ ਵਾਸਤੇ ਤੁਹਾਡਾ ਬਹੁਤ ਧੰਨਵਾਦ ਵਿਚਾਰ ਪੇਸ਼ ਕਰਨ ਲਈ ਬਹੁਤ ਬਹੁਤ ਸਵਾਗਤ ਜੀ ਸਰਦਾਰ ਸੁਰਿੰਦਰ ਸਿੰਘ ਜੀ ਹਾਂਜੀ ਸਰਦਾਰ ਜਗਤਾਰ ਸਿੰਘ ਜੱਗੀ ਕੀ ਹਾਲ ਚਾਲ ਹੈ ਜੀ ਕਿਰਪਾ ਜੀ ਕਿਰਪਾ ਬਹੁਤ ਆਸ਼ੀਰਵਾਦ ਤੁਹਾਡਾ ਪਰਮਾਤਮਾ ਦੀ ਕਿਰਪਾ ਬੱਲੇ ਬੱਲੇ ਹੈ ਜੀ ਹਾਂਜੀ ਉੱਥੇ ਕੁਛ ਨਹੀਂ ਹੋਣਾ ਜੀ ਜਦ ਤੇ ਲੋਕ ਨਹੀਂ ਸੁਧਰਦੇ ਜਿਹੜੇ ਲੋਕ ਗਾਂਧੀ ਨੂੰ ਹੋਰ ਸਕਦੇ ਆ ਉਹ ਕਦੋਂ ਪੰਜਾਬ ਨੂੰ ਬਦਲੂਗੇ ਜੀ ਜਿਹਨੇ ਨੇ ਵਧੀਆ ਕੰਮ ਜਿਸ ਬੰਦੇ ਨੇ ਕੀਤੇ ਆਪਣੇ ਕਲੀਨਿਕ ਵੀ ਲੋਕਾਂ ਲਈ ਖੋਲਤੀ ਸਭ ਕੁਝ ਬਾਕੀ ਇਹ ਜਿਹੜਾ ਧਰਮਵੀਰ ਗਾਂਧੀ ਦੀ ਗੱਲ ਕਰਦੇ ਧਰਮਵੀਰ ਗਾਂਧੀ ਨਹੀਂ ਕਿਤੇ ਮਹਾਤਮਾ ਗਾਂਧੀ ਦੀ ਗੱਲ ਕਰਦੇ ਬਈ ਉਹਨੇ ਕਲੀਨਿਕ ਮੈਂ ਉਹਨੇ ਕਿਹੜੇ ਵੇਲੇ ਖੋਲਤੇ ਇਹਨਾਂ ਨੂੰ ਹਰਾਇਆ ਭਗਤ ਸਿੰਘ ਦਾ ਭਤੀਜਾ ਬਹੁਤ ਹੀ ਵਧੀਆ ਨੇਚਰ ਸੀ ਜਿਹਨਾਂ ਦੀ ਚਲੋ ਡੈਥ ਹੋ ਗਈ ਪਰਮਾਤਮਾ ਆਪਣੇ ਚਰਨਾਂ ਦੀ ਨਿਵਾਸ ਦੇਵੇ ਇੰਨੇ ਕੁ ਵਧੀਆ ਸੀ ਇੰਨੇ ਕੁ ਸੋਸ਼ਲ ਸੀ ਆਪਣੇ ਇਲਾਕੇ ਨਵੇਂ ਸ਼ਹਿਰ ਦੇ ਵਿੱਚ ਉਹਨਾਂ ਨੂੰ ਬੁਰੀ ਤਰ੍ਹਾਂ ਹਰਾ ਤਾ ਲੋਕਾਂ ਨੇ ਫਿਰ ਦੇਖੋ ਬੀਬੀ ਖਾਲੜਾ ਕਿੰਨੀ ਕੁਰਬਾਨੀਆਂ ਖਾਲੜੇ ਕਿੰਨੀਆਂ ਕੁਰਬਾਨੀਆਂ ਸੀ
ਉਹਨਾਂ ਨੂੰ ਹਰਾਇਆ। ਇਹ ਉੱਥੇ ਦੇ ਲੋਕਾਂ ਨੇ ਜੱਗੀ ਨਹੀਂ ਸੁਧਰਨਾ, ਇਹ ਤੂੰ ਦੇਖੀ ਤੂੰ ਨੇੜੇ ਤੇੜੇ ਜਾ ਕੇ ਅਕਾਲੀਆਂ ਦੀ ਸਰਕਾਰ ਹੀ ਨਹੀਂ ਬਣਾਉਣੀ। ਇਹਦਾ ਜ਼ੋਰ ਵੀ ਹੁਣ ਕੈਪਟਨ ਦਾ ਇਹੀ ਲੱਗਾ ਆ ਵੀ ਕਿਸੇ ਤਰ੍ਹਾਂ ਅਕਾਲੀਆਂ ਦਾ ਗਰਾਊਂਡ ਮੈਂ ਚੰਗੀ ਤਰ੍ਹਾਂ ਬਣਾ ਦੇਵਾਂ ਅਤੇ ਇਹਨਾਂ ਦੀ ਸਰਕਾਰ ਬਣੇ ਨਹੀਂ, ਰਲ ਮਿਲ ਕੇ ਬਣਾਏ ਜਾਣੀ, ਕਿਉਂਕਿ ਸੈਂਟਰ ਦੀ ਜਿਹੜੀ ਇਹਨਾਂ ਦੀ ਕਾਂਗਰਸ ਬਹੁਤ ਕਮਜ਼ੋਰ ਹੋ ਚੁੱਕੀ। ਇਹਨਾਂ ਵਾਅਦਾ ਹੋਇਆ ਸੀ ਵੀ ਸਿੱਧੂ ਨੂੰ ਬਣਾਉਣਾ ਮੁੱਖ ਮੰਤਰੀ ਉਪ, ਉਦੋਂ ਵੀ ਇਹ ਮੁੱਕਰ ਗਿਆ, ਇਹਦਾ ਜ਼ੋਰ ਚੱਲ ਗਿਆ, ਅੱਖਾਂ ਦਿਖਾਲ ਗਿਆ ਉਹਨਾਂ ਨੂੰ, ਫਿਰ ਇਹਨੂੰ ਘੁਰਕੀ ਮਾਰ ਦਿੰਦਾ ਮੈਂ ਵੱਜ ਚਲੇ ਜਾਣਾ ਹੈ ਨਾ, ਉਹਨਾਂ ਨੂੰ ਵੀ ਇਹ ਦਿਖਾ ਦਿੰਦਾ ਮੇਰੇ ਨਾਲ ਇੰਨੇ ਐਮ ਐਲ ਏ ਆ, ਇਹ ਆਕੜਿਆ ਉਹਨਾਂ ਦੇ ਮੂਹਰੇ। 4 ਸਾਲ ਦਾ ਇਹਦਾ ਵਾਅਦਾ ਸੀ ਵੀ 4 ਸਾਲ ਮੈਂ ਕਰੂੰਗਾ ਫਿਰ ਮੈਂ ਛੱਡ ਜੂੰਗਾ ਮਗਰਲਾ ਸਾਲ, ਪਰ ਨਹੀਂ ਹੁਣ ਇਹ ਆਕੜ ਗਿਆ ਕਿਉਂਕਿ ਉਹ ਕਮਜ਼ੋਰ ਹੋ ਗਏ ਆ। ਪਰ ਹੁਣ ਆ ਪੁੱਠਾ ਪੰਗਾ ਐਨ ਪਾਰਗਣ ਸੋਹਣਾ ਲੈ ਲਿਆ, ਪਾਰਗਣ ਸੋਹਣਾ ਕਿ ਹੀਰਾ ਬੰਦਾ ਪੰਜਾਬ ਦਾ, ਉਹਦੇ ਤਾਂ ਕੋਈ ਉਂਗਲੀ ਰੱਖੇ ਨਹੀਂ ਸਕਦਾ ਹੈ ਨਾ। ਸਿੱਧੂ ਦਾ ਵੀ ਲੱਗਦਾ ਕਈ ਵਾਰੀ ਵੀ ਕੋਈ ਹੈ ਨਹੀਂ ਸਿਰ ਪੈਰ, ਕਈ ਜਿੱਥੇ ਜਾਂਦਾ ਉੱਥੇ ਦਾ ਹੀ ਉਹਦੇ ਹੀ ਗੁਣ ਗਾਉਂਦਾ, ਜਿਹੜੇ ਬਾਬੇ ਕੋਲ ਚੱਲ ਜਾਂਦਾ ਅਤੇ ਉਹ ਬਾਬਾ ਕਹਿੰਦਾ ਵੀ ਸਿੱਧਾ ਰੱਬ ਨੂੰ ਬੁਲਾਉਂਦਾ, ਮਾਤਾ ਕੋਲ ਕਿਸੇ ਕੋਲ ਚੱਲ ਜਾਂਦਾ ਤਾਂ ਕਹਿੰਦਾ ਮਾਤਾ ਇਹ ਸਿੱਧੀ ਰੱਬ ਨੂੰ ਬੁਲਾਉਂਦੀ ਆ, ਅਤੇ ਜੇ ਜਿਹੜੀ ਪਾਰਟੀ ਜਾਂਦਾ ਅਤੇ ਉਹ ਮਾਂ ਬਾਪ ਹੁੰਦੇ ਉਦੋਂ, ਅਤੇ ਇਹ ਥੋੜ੍ਹਾ ਜਿਹਾ ਉਹ ਨੈਗੇਟਿਵ ਹੈਗਾ ਉਹਦਾ। ਪਰ ਇੱਕ ਗੱਲ ਆ ਵੀ ਜਿਹੜੀਆਂ ਉਹ ਗੱਲਾਂ ਕਰਦਾ ਹੈ ਨਾ, ਜੇ ਉਹ ਕਿਤੇ ਪੋਲਸੀਆਂ ਜਿੱਦਾਂ ਸ਼ਰਾਬ ਦੀ ਗਿਆ ਸੀ, ਰੇਤੇ ਦੀ ਗਏ ਬਣਾ ਦਿਓ, ਉਹ ਬਣ ਜਾਂਦੀਆਂ ਤਾਂ ਬਹੁਤ ਫਾਇਦਾ ਹੋਣਾ ਸੀ ਪੰਜਾਬ ਨੂੰ, ਪਰ ਕਿੱਥੇ ਬਣ ਦਿੰਦੇ ਆ, ਇਹਨਾਂ ਦੇ ਆਪਸ ਵਿੱਚ ਹੀ ਸੰਬੰਧ ਆ, ਇਹਨੀ ਰਲ ਮਿਲ ਕੇ ਗੇਮ ਖੇਲਣੀ। ਤੁਸੀਂ ਦੇਖ ਲਿਓ, ਕਹਿੰਦੇ ਆਉਂਦੀਆਂ ਵੇਖ ਕੇ ਵੋਟਾਂ ਸਾਲ ਨੇੜੇ, ਸਿਆਸੀ ਮਾਹੌਲ ਪਿੰਡਾਂ 'ਚ ਗਰਮਾਈ ਜਾਂਦਾ, ਕੋਈ ਬੈਠਾ ਕੈਪਟਨ ਦਾ ਲਈ ਜਾਂਦਾ, ਕੋਈ ਬਾਦਲ ਤਾਂ ਵੀ ਬੜਾ ਸਲਾਹੀ ਜਾਂਦਾ, ਚੰਗੇ ਲੱਗਣ ਨਾ ਕਈਆਂ ਨੂੰ ਇਹ ਨਾਮ, ਦੋਵੇਂ ਕੇਜਰੀਵਾਲ ਨੂੰ ਕੋਈ ਅੱਗੇ ਲਿਆਈ ਜਾਂਦੇ, ਕਿਵੇਂ ਕਿਵੇਂ ਵੀ ਲੋਕਾਂ ਤੋਂ ਬਸ ਮਿਲਣ ਵੋਟਾਂ, ਲੀਡਰ ਤਰ੍ਹਾਂ ਤਰ੍ਹਾਂ ਦੇ ਢੰਗ ਬਣਾਈ ਜਾਂਦੇ, ਨਿੰਦਣ ਹੋਰਾਂ ਨੂੰ ਬਣਦੇ, ਆਪ ਦੁੱਧ ਧੋਤੇ, ਕਮਜ਼ੋਰੀ ਆਪਣੀ ਨੂੰ ਊਚ ਛਪਾਈ ਜਾਂਦੇ, ਪਹਿਲਾਂ ਜਿਹੇ ਨਾ ਰਹੇ ਰਾਜੇ ਲੋਕ ਵੀ ਹੋਏ ਸਿਆਣੇ, ਝੋਲੀ ਹਰੇਕ ਦੀ ਪੁੱਤ ਨੇ ਪਾਈ ਜਾਂਦੇ ਤੇ ਝੋਲੀ ਹਰੇਕ ਦੀ ਪੁੱਤ ਨੇ ਪਾਈ ਜਾਂਦੇ। ਬਿਲਕੁਲ ਜੀ, ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ ਸਭ ਦਾ, ਬਹੁਤ ਵਧੀਆ ਵਿਚਾਰ ਸਭ ਦੇ। ਬਾਕੀ ਮੁੱਕਦੀ ਗੱਲ ਤਾਂ ਇਹੀ ਆ ਕੇ ਜੀ, ਜਿਵੇਂ ਕਹਿੰਦੇ ਹੁੰਦੇ ਆਪਾਂ ਵੀ ਪੰਜਾਬ ਦੀ ਗੱਲ, ਕਰ ਦੁੱਖ ਹੁੰਦਾ ਪੰਜਾਬ ਦਾ ਜਦੋਂ ਸਾਰਾ ਕੁਝ ਦੇਖਦੇ ਹਾਂ, ਹਾਲਾਤ ਦੇਖਦੇ ਹਾਂ, ਇੰਨਾ ਰੰਗਲਾ ਪੰਜਾਬ ਜਿਹੜਾ ਸੀਗਾ ਸਾਨੂੰ। ਕਈ ਲੋਕ ਕਹਿੰਦੇ ਨੇ ਵੀ ਤੁਸੀਂ ਪੰਜਾਬ ਬਾਰੇ ਇੱਦਾਂ ਕਹਿੰਦੇ, ਅਸੀਂ ਪੰਜਾਬ ਬਾਰੇ ਨਹੀਂ ਕਹਿੰਦੇ, ਅਸੀਂ ਪੰਜਾਬ ਦੇ ਹਮੇਸ਼ਾ ਸਿਸਟਮ ਦੀ ਗੱਲ ਕੀਤੀ ਹੈ, ਪੰਜਾਬ ਨੂੰ ਚਲਾਉਣ ਵਾਲਿਆਂ ਦੀ ਗੱਲ ਕੀਤੀ ਹੈ। ਸੋ ਬ੍ਰੇਕ ਤੋਂ ਬਾਅਦ ਫਿਰ ਤੁਹਾਡੀਆਂ ਕਾਲਾਂ ਲਵਾਂਗੇ, ਫਿਲਹਾਲ ਬ੍ਰੇਕ ਲਈ ਨਹੀਂ, ਦੇਖਦੇ ਰਹੋ ਦੱਸ ਪੰਜਾਬੀ ਜੀ। ਥੋੜ੍ਹਾ ਸਮਾਂ ਹੈਗਾ, ਜ਼ਰੂਰ ਕਾਲਾਂ ਲੈਂਦੇ ਹਾਂ ਸਾਡੇ ਦਰਸ਼ਕਾਂ ਦੀਆਂ, ਕੀ ਕਹਿਣਾ ਚਾਹੁੰਦੇ ਨੇ? ਸਰਦਾਰ ਗੁਰਮੇਲ ਸਿੰਘ ਜੀ ਧੀਰ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਸਵਾਗਤ। ਹਾਂਜੀ, ਸਤਿ ਸ਼੍ਰੀ ਅਕਾਲ ਤੇ ਮੇਰੇ ਪਿਆਰੇ ਪਿਆਰੇ ਭੈਣਾਂ ਭਰਾਵਾਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਵੈਕਸੀਨ ਤਾਂ ਆਪਾਂ, ਵੈਕਸੀਨ ਤਾਂ ਚੱਲ ਰਹੀ ਜੀ ਧੜ-ਧੜ ਤੁਹਾਡੇ, ਹੁਣ ਬਹੁਤ ਤੇਜ਼ੀ ਨਾਲ ਚੱਲ ਰਹੀ ਹੈ ਜੀ। ਹਾਂਜੀ, ਸਾਡੇ ਵੀ ਅੱਜ ਇੱਥੇ ਡੇਰੀ ਦੇ ਪ੍ਰੀਮੀਅਰ ਡਰਗ ਫੋਰਡ ਨੇ ਪਲੈਨਿੰਗ ਬਣਾ ਲਈ ਵੀ ਅਗਲੇ ਮਹੀਨੇ ਸਭ ਕੁਛ ਆਹਿਸਤਾ ਆਹਿਸਤਾ ਸਟੈਪ ਬਾਈ ਸਟੈਪ ਖੁੱਲ ਜੂਗਾ। ਵਧੀਆ। ਹਾਂਜੀ ਜੀ। ਅੱਛਾ, ਪਹਿਲਾਂ ਤਾਂ ਮੈਂ ਦੱਸਣਾ ਚਾਹੁੰਦਾ ਤੁਹਾਨੂੰ, ਤੁਸੀਂ ਅੱਜ ਪੰਜਾਬ ਦੀ ਗੱਲ ਕੀਤੀ ਆ, ਪਰ ਇਹ ਤੁਸੀਂ ਦੇਖ ਲੈਣਾ ਪ੍ਰਗਟ ਸਿੰਘ ਤੇ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਨਾਲ, ਸੁਖਜਿੰਦਰ ਸਿੰਘ ਰੰਧਾਵਾ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ MLA ਵੀ ਆ ਕੇ ਜੁੜਨਗੇ। ਨਹੀਂ, ਗੱਲ ਇਹ ਸੀ ਵੀ ਇਹਨਾਂ ਦੇ ਨਾਲ ਇਹ ਜੁੜ ਜਾਣ, ਉਧਰੋਂ ਬੈਂਸ ਆ ਜਾਣ, ਖਹਿਰਾ ਆ ਜਾਏ, ਤੇ ਇਹ ਇੱਦਾਂ ਮਤਲਬ 15-20 ਬੰਦੇ ਵੀ ਤਕੜੇ ਆ ਜਾਣ ਪਹਿਲੇ ਥੰਮ ਤੇ, ਬਾਕੀ ਤੇ ਫਿਰ ਲੋਕ ਜੁੜੀ ਜਾਣਗੇ। ਆਣਗੇ ਜੀ, ਤੁਸੀਂ ਦੇਖ ਲੈਣਾ ਤੇ ਆਣਗੇ। ਤੇ ਦੂਜਾ ਅਕਾਲੀ ਦਲ, ਜਿਹੜਾ ਦੂਜਾ ਅਕਾਲੀ ਦਲ ਢੀਂਡਸਾ, ਉਹ ਸਪੋਰਟ ਕਰ ਦੇਵੇ ਇਹਨਾਂ ਦੀ। ਉਹ ਤਾਂ ਮੈਨੂੰ ਨੀ ਸਮਝਦਾ, ਉਹਦੇ ਚ ਕੋਈ ਨੀ ਜਾਣਤਾ ਹੈ ਨੀ, ਉਹ ਤਾਂ ਹੁਣ ਮਤਲਬ ਠੀਕ ਹੈ। ਨਹੀਂ, ਉਹਨਾਂ ਦੇ ਪਰਮਿੰਦਰ ਕੰਮ ਵਧੀਆ ਕਰ, ਪਰਮਿੰਦਰ ਢੀਂਡਸਾ, ਢੀਂਡਸਾ ਸਾਹਿਬ ਦਾ ਮੁੰਡਾ, ਉਹ ਵਧੀਆ ਕੰਮ ਕਰ ਰਿਹਾ ਸੀ ਉਹ। ਚਲੋ ਜੇ ਗੱਲ ਬਣ ਜਾਵੇ ਫਿਰ ਤਾਂ ਠੀਕ ਆ, ਪਰ ਕਿਉਂਕਿ ਪਿਛਲੇ ਇਲੈਕਸ਼ਨ ਦੇ ਵਿੱਚ ਇਹਨਾਂ ਸਾਰੇ ਜਿਹੜੇ MLA ਹੁਣ ਬੋਲਦੇ ਨੇ ਜੀ, ਅਕਾਲੀ ਦਲ ਦਾ ਹਾਲ ਦੇਖਿਆ, ਮਤਲਬ ਮੇਰੇ ਕਹਿਣ ਦਾ ਇਹ ਆ ਵੀ ਲੋਕੀ ਉਹਨਾਂ ਨੂੰ ਪਿੰਡਾਂ ਚ ਵੜਨ ਨਹੀਂ ਸੀ ਦਿੰਦੇ। ਉਹਨਾਂ ਨੂੰ ਉੱਥੇ ਕਾਲੀਆਂ ਝੰਡੀਆਂ ਦਿਖਾਉਂਦੇ ਸੀ ਜਿੱਥੇ ਵੀ ਜਾਂਦੇ ਸੀ, ਲੋਕਾਂ ਨੇ ਤਾਂ ਬਾਹਰ ਲਿਖ ਕੇ ਲਾ ਦਿੱਤਾ ਸੀ ਵੀ ਇੱਥੇ ਕੋਈ ਨਾ ਆ ਕੇ ਇੱਥੇ ਵੜੇ, ਅਕਾਲੀ ਤਾਂ ਬਿਲਕੁਲ ਹੀ ਨਾ ਵੜਨ, ਤੇ ਉਹ ਉਹਨਾਂ ਨੇ ਸਾਈਨ ਲਾ ਦਿੱਤੇ ਸੀ। ਹੁਣ ਤੁਸੀਂ ਇਹ ਦੇਖੋ ਵੀ ਉਹੀ ਚੀਜ਼ ਇਹਨਾਂ ਨੂੰ ਡਰ ਮਾਰਦੀ ਹੈ, ਲੋਕਾਂ ਨੇ ਕਰਨਾ ਹੀ ਏਦਾਂ ਵਾ। ਪਰ ਪਤੀਰ ਸਾਹਿਬ, ਗੱਲ ਇਹ ਹੈ ਕਿ ਹੱਲ ਕੀ ਹੈ, ਪੰਜਾਬ ਦਾ ਕੀ ਹੱਲ ਹੈ? ਪੰਜਾਬ ਦਾ ਹੱਲ ਤਾਂ ਜੀ ਦੇਖੋ ਇਸੇ ਤਰ੍ਹਾਂ ਚੱਲੀ ਜਾਣਾ ਲੋਕੀ, ਪਰ ਜੇ ਇਹ ਸੋਚਦੇ ਆ ਨਾ, ਕਈ ਮਤਲਬ ਅਕਾਲੀ ਸੋਚਦੇ ਨੇ ਵੀ ਬਹਿਬਲ ਕਲਾਂ ਭੁੱਲ ਗਏ ਵੀ, ਜਾਂ ਲੋਕੀ ਬਰਗਾੜੀ ਭੁੱਲ ਗਏ ਜਾਂ ਸਰਸੇ ਵਾਲੇ ਸਾਧ ਨੂੰ ਭੁੱਲ ਗਏ। ਨਹੀਂ, ਅੱਛਾ ਸੀ ਸੋਰੀ, ਮੈਂ ਕਿਸਾਨ ਮੋਰਚੇ ਤੋਂ ਬਾਅਦ ਅਸੀਂ ਇਹ ਕਹਿੰਦੇ ਸੀਗੇ, ਲੱਗਦਾ ਵੀ ਸੀ ਤੇ ਹੈਗਾ ਵੀ ਸੀਗਾ ਕਿ ਲੋਕ ਬਹੁਤ ਅਵੇਅਰ ਹੋ ਗਏ, ਨੌਜਵਾਨ ਜਿਹੜੇ ਨੇ ਬਹੁਤ ਅਵੇਅਰ ਹੋ ਗਏ, ਕਿ ਉਹ ਲੱਗਦਾ ਵੀ ਹਜੇ ਵੀ ਅਵੇਅਰ ਨੇ ਅਤੇ 2022 ਦੀਆਂ ਚੋਣਾਂ ਤੱਕ ਅਵੇਅਰ ਰਹਿਣਗੇ ਜਾਂ ਨਹੀਂ?
ਕਿਉਂਕਿ ਜਿਹੜੀ MSP ਆ ਉਹ ਤਾਂ ਮੋਦੀ ਸਰਕਾਰ ਮੰਨ ਨਹੀਂ ਰਹੀ। ਹੁਣ ਤੁਸੀਂ ਅੱਜ ਹੀ ਖਬਰ ਸੁਣੀ ਹੋਣੀ ਆ, ਨੂਰਪੁਰ ਬੇਦੀ RSS ਵਾਲਿਆਂ ਨੇ ਖੂਨ ਦਾ ਕੈਂਪ ਲਾਇਆ। ਇਹ ਕਿਹੜੀ RSS? ਅਸੀਂ ਸਾਰੇ ਜਾਣਦੇ ਹਾਂ ਵੀ ਫਿਰਕਾ ਪ੍ਰਸਤ ਪਾਰਟੀ ਆ ਉਹ ਖੂਨ ਲੈ ਕੇ ਲੋਕਾਂ ਦਾ, ਉਹ ਸਭ ਪਖੰਡਬਾਜ਼ੀ ਆ। ਜੇ ਲੈ ਵੀ ਲੈਣਗੇ ਉਹਨਾਂ ਨੇ ਤਾਂ ਵੇਚ ਵੱਟ ਕੇ ਖੂਨ ਆਪਣੀ ਝੋਲੀ 'ਚ ਪੈਸੇ ਪਾ ਲੈਣੇ ਨੇ। ਅੱਛਾ ਤੀਰਥਾ, ਚਲੋ ਆਪਣਾ ਸਮਾਂ ਪ੍ਰੋਗਰਾਮ ਦਾ ਖਤਮ ਹੈ। ਮੈਂ ਗੱਲ ਕਰਦਾ ਸੀ ਜਦੋਂ ਅਕਾਲੀ ਸਰਕਾਰ ਸੀ ਪੰਜਾਬ ਦੇ ਵਿੱਚ, ਤੇ ਪੰਜਾਬ ਦੇ ਪਿੰਡਾਂ ਦੇ ਵਿੱਚ RSS ਦੇ ਕੈਂਪ ਲੱਗਦੇ, ਸ਼ਾਇਦ ਤੁਹਾਨੂੰ ਪਤਾ ਹੋਵੇ, ਸਕੂਲਾਂ ਦੇ ਵਿੱਚ। ਹਾਂਜੀ ਹਾਂਜੀ ਲੱਗਦੇ ਸੀ। ਹਾਂਜੀ, ਪਰ ਪੰਜਾਬ ਦੇ ਲੋਕੀ ਇਹਨਾਂ ਨੂੰ ਮੂੰਹ ਨਹੀਂ ਲਾਉਣਗੇ। ਹੁਣ ਇਹਨਾਂ ਨੂੰ ਇਹੀ ਡਰ ਮਾਰਿਆ ਜਾਂਦਾ, ਮੈਂ ਜਿੱਦਾਂ ਡਾਕਟਰ ਪਹਿਲਾਂ ਆਪਣੇ ਦੱਸ ਕੇ ਗਏ ਨੇ ਉਹਨਾਂ ਨਾਲ ਸਹਿਮਤ ਆ। ਮੈਂ ਪ੍ਰਗਟ ਸਿੰਘ ਬਹੁਤ ਸਿਆਣਾ, ਜਿਸ ਤਰ੍ਹਾਂ ਡਾਕਟਰ ਜਸਪਾਲ ਸਿੰਘ ਨੇ ਕਿਹਾ ਆਉਣ ਵਾਲੇ ਟਾਈਮ ਦੇ ਵਿੱਚ ਕਿਸੇ ਪਾਰਟੀ ਦੀ ਮੈਜੋਰਿਟੀ ਨਹੀਂ ਆਉਣੀ, ਉੱਥੇ ਰਾਸ਼ਟਰਪਤੀ ਨਾਲ ਜਾਊਗਾ, ਇਹ ਹੋਣਾ ਉੱਥੇ। ਮਿਹਰਬਾਨੀ ਜੀ, ਤੁਸੀਂ ਹਾਂਜੀ ਓਕੇ, ਕੀ ਗੱਲ ਆਪਾਂ ਕੱਲ੍ਹ ਕਰਾਂਗੇ ਜੀ। ਉਮੀਦ ਕਰਦਾ ਪ੍ਰੋਗਰਾਮ ਤੁਹਾਨੂੰ ਵਧੀਆ ਲੱਗਿਆ ਹੋਊਗਾ ਜੀ। ਕੋਈ ਜਾਣਕਾਰੀ ਚਾਹੁੰਦੇ ਹੋ, ਕੋਈ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਈਮੇਲ ਕਰ ਸਕਦੇ ਹੋ jaggi@justbroadcasting.com ਜਾਂ ਫਿਰ info@justbroadcasting.com ਇਹ ਈਮੇਲ ID ਹੈ। ਵਟਸਐਪ ਦਾ ਨੰਬਰ ਹੈਗਾ ਜੀ, ਜਿੱਥੇ ਤੁਸੀਂ ਟੈਕਸ ਮੈਸੇਜ ਸਿਰਫ ਕਰਦੇ ਹੋ 718-784-0900। ਅਤੇ ਮੇਰਾ ਸੈੱਲ ਨੰਬਰ, ਕਿਸੇ ਵੀ ਐਕਟੀਵਿਟੀ ਲਈ, ਕਿਸੇ ਵੀ ਕੰਮ, ਕੋਈ ਬਿਜ਼ਨਸ ਦੀ ਗੱਲ ਕਰਨੀ ਹੈ, ਐਡ ਦੀ ਗੱਲ ਕਰਨੀ ਹੈ, ਤਾਂ 209-450-3362 ਕਿਤੇ ਵੀ ਸੰਪਰਕ ਕਰ ਸਕਦੇ ਹੋ। ਅਖੀਰ ਦੇ ਵਿੱਚ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਖੁਸ਼ ਰਹੋ, ਖੁਸ਼ ਰੱਖੋ, ਰੱਬ ਰਾਖਾ। ਜੀਵੇ ਪੰਜਾਬ, ਜੀਵੇ ਪੰਜਾਬੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।